ਨਿਹਾਲ ਕੇਸਰੀ ਵਿਰਾਸਤ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਅੱਜ ਸਾਡੇ ਨਾਲ ਨੇ ਸਾਡੇ ਵਿਸ਼ੇਸ਼ ਮਹਿਮਾਨ ਸੁਨੀਲ ਰੁਦਰਾ ਜੀ, ਸੀਨੀਅਰ ਪੱਤਰਕਾਰ ਨੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ। ਇਹਨਾਂ ਦਾ ਬਹੁਤ ਵੱਡਾ ਰੁਤਬਾ ਹੈ, ਇਹ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ। ਤੋ ਅੱਜ ਬੇਨਤੀ ਤਾਂ ਸਾਡੇ ਸਟੂਡੀਓ 'ਚ ਆਏ ਨੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਹਾਰਦਿਕ ਸਵਾਗਤ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਆਪਣੇ ਦਰਸ਼ਕਾਂ ਲਈ ਤੁਹਾਡੇ ਕੋਲ ਜਾਣਾ ਚਾਹਾਂਗੇ ਕਿ ਕੱਲ੍ਹ ਰਾਸ਼ਟਰਪਤੀ ਦੇ ਅਭਿਭਾਸ਼ਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੀ, ਉਹਦੇ ਵਿੱਚ ਕਾਫੀ ਦਿਲਚਸਪ ਮੋੜ ਉਸ ਭਾਸ਼ਣ ਦੇ ਵਿੱਚ ਆਏ ਕਿ ਤੁਸੀਂ ਉਸ ਭਾਸ਼ਣ ਨੂੰ ਕਿਵੇਂ ਦੇਖਦੇ ਹੋ, ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਉਹਦੇ 'ਚ ਕੁਛ ਨਵੇਕਲੀਆਂ ਲੱਗੀਆਂ ਨੇ ਜਾਂ ਤੁਹਾਨੂੰ ਚੁਭਮੀਆਂ ਲੱਗੀਆਂ ਨੇ, ਕੀ ਲੱਗਾ, ਕੀ ਮਹਿਸੂਸ ਕਰਦੇ? ਦੇਖੋ ਜੀ, ਮੈਂ ਸਮਝਦਾ ਕਿ ਉਸ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਨੇ ਉਸ ਮੌਕੇ ਦਾ ਇਸਤੇਮਾਲ ਕੀਤਾ ਜਿਹੜਾ ਉਹਨਾਂ ਨੂੰ ਮਿਲਿਆ ਹੋਇਆ ਸੀਗਾ। ਅੱਛੇ, ਰਾਜ ਸਭਾ ਦੇ ਵਿੱਚ ਉਹਨਾਂ ਨੇ ਬੋਲਣਾ ਸੀਗਾ ਤਾਂ ਬਾਕੀਆਂ ਨੇ ਸੁਣਨਾ ਸੀਗਾ, ਅਤੇ ਉਸ ਮੌਕੇ ਦਾ ਉਹਨਾਂ ਨੇ ਇਸਤੇਮਾਲ ਕੀਤਾ। ਪਰ ਮੈਂ ਨਹੀਂ ਸਮਝਦਾ ਕਿ ਬਹੁਤਾ ਵਧੀਆ ਇਸਤੇਮਾਲ ਕੀਤਾ ਹੈਗਾ ਵੈ, ਅਤੇ ਕੁਛ ਉਮੀਦ ਬਣਾ ਕੇ ਜਾਓ। ਦੇਖੋ, ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਦੁਨੀਆ ਦੇਖੇ ਅਤੇ ਸਾਡੇ ਵੱਲ ਸਾਨੂੰ ਪਿਆਰ ਵੀ ਕਰੇ, ਕੱਲ੍ਹ ਨੂੰ ਤੁਸੀਂ ਵੋਟਾਂ ਲੈਣੀਆਂ ਉਹਨਾਂ ਦੀਆਂ, ਅਤੇ ਤੁਹਾਨੂੰ ਉਮੀਦਾਂ ਬਣਾਉਣੀਆਂ ਪੈਣੀਆਂ ਹੈ। ਉਹ ਉਮੀਦਾਂ ਅਸੀਂ ਦੂਜੀਆਂ ਸਟੇਜਾਂ ਤੋਂ ਤਾਂ ਬਣਾ ਲੈਂਦੇ ਹਾਂ, ਜਿੱਥੇ ਇਲੈਕਸ਼ਨ ਹੈ, ਠੀਕ ਹੈ, ਬੰਗਾਲ ਦੇ ਵਿੱਚ ਇਲੈਕਸ਼ਨ ਹੈ ਤਾਂ ਉੱਥੇ ਸਟੇਜਾਂ ਤੋਂ ਅਸੀਂ ਬੋਲ ਕੇ ਉਮੀਦਾਂ ਉਹਨਾਂ ਨੂੰ ਬੜੀਆਂ ਬਣਾ ਦਿੰਦੇ ਹੈਗੇ। ਪਰ ਜੇ ਉਹ ਉਮੀਦਾਂ ਜਿਹੜੀਆਂ ਉਹਨਾਂ 'ਤੇ ਪੂਰੇ ਖਰੇ ਉਤਰੇ ਨਹੀਂ ਹੈਗੇ ਆ, ਤਾਂ ਜਿੱਥੇ ਇਸ ਟਾਈਮ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਤੋਂ ਪਬਲਿਕ ਉਮੀਦ ਕਰ ਰਹੀ ਸੀਗੀ ਅਤੇ ਕਿਸਾਨ ਲੀਡਰ ਉਮੀਦ ਕਰ ਰਹੇ ਸੀ ਕਿ ਕੁਛ ਨਾ ਕੁਛ ਜਿਹੜਾ ਉਹ ਨਰਮੀ ਦਾ ਲਹਿਜ਼ਾ ਇਸਤੇਮਾਲ ਕਰਨਗੇ, ਉਹ ਉਹਨਾਂ ਨੇ ਸਖਤੀ ਦਾ ਲਹਿਜ਼ਾ ਮੈਂ ਸਮਝਦਾ ਜ਼ਿਆਦਾ ਇਸਤੇਮਾਲ ਕੀਤਾ, ਤਾਂ ਉਹਨਾਂ ਨੇ ਉਹ ਉਮੀਦ ਤੋੜੀ ਹੈ ਕਾਫੀ। ਮਤਲਬ ਕਿਸਾਨ ਵਰਗ ਦੀ ਜਿਹੜੀ ਉਮੀਦ ਹੈ ਤੁਹਾਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਟੁੱਟੀ ਹੈ? ਬਿਲਕੁਲ। ਅੱਛਾ, ਉਸ ਤੋਂ ਇਲਾਵਾ ਭਾਸ਼ਣ ਜਦੋਂ ਸ਼ੁਰੂ ਹੁੰਦਾ ਉਹਦੇ 'ਚ ਜਿਹੜੇ ਵੀ ਵਿਰੋਧੀ ਧਿਰ ਦੇ ਲੀਡਰ ਸੀ ਉਹਨਾਂ ਨੇ ਸੰਬੋਧਨ ਕੀਤੇ ਆ, ਉਹਨਾਂ ਨੇ ਬਕਾਇਦਾ ਹਵਾਲੇ ਦਿੱਤੇ ਨੇ, ਕੁਛ ਚੀਜ਼ਾਂ ਦੇ ਹਵਾਲੇ ਦਿੱਤੇ ਨੇ, ਜਿਵੇਂ ਡਾਕਟਰ ਮਨਮੋਹਨ ਸਿੰਘ ਹੋਣਾ ਦੇ ਕੁਛ ਕੋਰਸ, ਕੁਛ ਹੋਰ ਅਲੱਗ ਅਲੱਗ ਹੋਰ ਜਿਹੜੇ ਸਾਡੇ ਪੁਰਾਣੇ ਲੀਡਰ ਹੋਏ ਨੇ ਜਾਂ ਮਹਾਂਪੁਰਸ਼ ਹੋਏ ਨੇ, ਉਹਨਾਂ ਦੇ ਕੋਰਸ ਕੀਤੇ ਨੇ, ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਤਾਰੀਫ ਕਰਨੀ ਹੀ ਚਾਹੀਦੀ ਹੈ। ਡਾਕਟਰ ਮਨਮੋਹਨ ਸਿੰਘ ਇੱਕ ਵੱਡੇ ਅਰਥ ਸ਼ਾਸਤਰੀ ਰਹੇ ਨੇ, ਜਿਹਨਾਂ ਦਾ ਰੁਤਬਾ ਉਹ ਕਿਸੇ ਗੱਲ ਦਾ ਮੁਤਾਜ ਨਹੀਂ, ਕੋਈ ਤਾਰੀਫ ਦਾ ਮੁਤਾਜ ਨਹੀਂ ਹੈਗਾ, ਅਤੇ ਸਾਰੀ ਦੁਨੀਆ ਉਹਨਾਂ ਦੀ ਤਾਰੀਫ ਕਰਦੀ ਹੈਗੀ ਹੈ। ਉਹਨਾਂ ਦੀਆਂ ਪੋਲਸੀਆਂ ਜਿਹੜੀਆਂ ਉਹਨਾਂ ਨੇ ਰਿਸੈਸ਼ਨ ਦੇ ਟਾਈਮ 'ਤੇ ਜਦੋਂ ਸਾਰੀ ਦੁਨੀਆ ਰੁਲਦੀ ਪਈ ਸੀਗੀ, ਅਮੈਰੀਕਾ, ਯੂਰਪ, ਕੈਨੇਡਾ, ਇਹ ਸਾਰਿਆਂ ਦੀ ਇਕੋਨਮੀ ਜਿਹੜੀ ਉਹਨੂੰ ਵੱਡਾ ਧੱਕਾ ਲੱਗਿਆ ਸੀਗਾ। ਉਸ ਵਕਤ ਇੰਡੀਆ ਜੇ ਬਚਿਆ ਹੈਗਾ ਵੈ ਉਸ ਰਿਸੈਸ਼ਨ ਦੇ ਦੌਰ ਤੋਂ, ਅਤੇ ਜਿਹੜਾ ਕਿ ਵਰਲਡ ਦੇ ਟੌਪ ਦੇ ਇਕੋਨਮਿਸਟ ਜਿਹੜੇ ਸੀ ਉਹਨਾਂ ਲਈ ਇੱਕ ਅਚਰਜ ਦਾ ਵਿਸ਼ਾ ਵੀ ਸੀਗਾ ਜੀ, ਉਹ ਉਹਨਾਂ ਦੀਆਂ ਨੀਤੀਆਂ ਸੀਗੀਆਂ। ਅੱਛਾ, ਜਦੋਂ ਗੱਲ ਕਰਦੇ ਨੇ ਉਹਨਾਂ ਹਵਾਲਾ ਦਿੰਦੇ ਨੇ, ਕੋਟ ਕਰਦੇ ਨੇ, ਅਤੇ ਉਸ ਤੋਂ ਬਾਅਦ ਲੇਕਿਨ ਉਹ ਕਹਿੰਦੇ ਨੇ ਕਿ ਅਗਰ ਸਾਡੀ ਗੱਲ ਨਹੀਂ ਸਮਝਦੀ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਹੀ ਗੱਲ ਨੂੰ ਫੋਲੋ ਕਰ ਲਓ, ਉਹਨਾਂ ਦੀ ਗੱਲ ਮੰਨ ਲਓ, ਕਿਉਂਕਿ ਉਹ ਵੀ ਕਿਤੇ ਇਸੇ ਖੇਤਰ ਦੇ ਵਿੱਚ ਜਾਂਦੀ ਸੀ ਗੱਲ। ਉਹਨਾਂ ਦੀ ਇਹੀ ਇਸ਼ਾਰਾ ਸੀਗਾ ਡਾਕਟਰ ਮਨਮੋਹਨ ਸਿੰਘ ਦਾ ਜੋ ਕੋਟ ਕੀਤਾ ਉਹਨਾਂ ਨੇ ਕਿ ਸਾਨੂੰ ਮਾਰਕੀਟ ਜਿਹੜੀ ਆ ਖੋਲ੍ਹਣੀ ਪਵੇਗੀ ਕਿਸਾਨਾਂ ਦੀ। ਬਿਲਕੁਲ, ਇਹ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਉਹੀ ਮੈਂ ਗੱਲ 'ਤੇ ਆ ਰਿਹਾ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਦਾ ਉਹਨਾਂ ਨੇ ਜ਼ਿਕਰ ਕੀਤਾ, ਚੌਧਰੀ ਚਰਨ ਸਿੰਘ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਵੈ। ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵੀ ਉਸੇ ਪਾਸੇ ਨੂੰ ਜਾ ਰਹੇ ਸੀਗੇ ਜਿਹੜੇ ਪਾਸੇ ਅਸੀਂ ਕਹਿ ਰਹੇ ਹਾਂ ਕਿ ਅੱਜ ਇਹ ਸਾਡਾ ਵਿਰੋਧ ਕਰਦੇ ਪਏ ਨੇ, ਠੀਕ ਹੈ, ਪਰ ਉਹ ਵਿਰੋਧ ਜਿਹੜਾ ਇਹ ਸਿਰਫ ਇਸ ਕਰਕੇ ਕਰਦੇ ਪਏ ਨੇ ਕਿਉਂਕਿ ਇਹ ਹੱਥ ਪੈਰ ਮਾਰਦੇ ਪਏ ਨੇ ਆਪਣੀ ਜਿਹੜੀ ਹੈ ਖੁੱਸੀ ਜ਼ਮੀਨ ਨੂੰ ਤਲਾਸ਼ਣ ਦੀ। ਕਾਫੀ ਹੱਦ ਤੱਕ ਉਹਨਾਂ ਦੀ ਗੱਲ ਠੀਕ ਵੀ ਹੈਗੀ ਹੈ ਕਿ ਕਾਂਗਰਸ ਜਿਹੜੀ ਹੈ ਉਹ ਅੱਜ ਕੱਲ੍ਹ ਉਹਦੀ ਪੋਜੀਸ਼ਨ ਤੁਹਾਨੂੰ ਪਤਾ ਹੀ ਹੈ ਕਿ ਕੀ ਚੱਲਦੀ ਹੋਈ ਹੈਗੀ ਹੈ, ਅਤੇ ਉਸ ਖੁੱਸੀ ਜ਼ਮੀਨ ਨੂੰ ਤਿਆਰ ਲੱਭਣ ਲਈ ਜਿਹੜੀ ਗੁਆਚ ਚੁੱਕੀ ਹੈਗੀ ਆ ਇਹ ਯਤਨ ਕਰਦੇ ਪਏ ਨੇ, ਤਾਂ ਉਹੀ ਪੋਲਸੀਆਂ ਜਿਹੜੀਆਂ ਮਨਮੋਹਨ ਸਿੰਘ ਹੋਣਾ ਨੇ, ਚੌਧਰੀ ਚਰਨ ਸਿੰਘ ਹੋਣਾ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਉਦੋਂ ਨਹੀਂ ਲੈ ਕੇ ਆਏ, ਅਤੇ ਉਹੀ ਅਸੀਂ ਲੈ ਕੇ ਆਏ ਹੈਗੀਆਂ। ਇਹ ਉਹਨਾਂ ਦਾ ਕਹਿਣ ਦਾ ਮੰਤਵ ਸੀਗਾ ਕਿ ਇਹ ਪੋਲਸੀਆਂ ਠੀਕ ਨੇ, ਇਹ ਉਹਨਾਂ ਦਾ ਕਹਿਣ ਦਾ ਮੰਤਵ ਹੈਗਾ। ਅੱਛਾ, ਜਦੋਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ, ਪ੍ਰਤਾਪ ਸਿੰਘ ਬਾਜਵਾ ਨੇ ਵੀ ਐਤਕੀ ਉਹਨਾਂ ਨੇ ਤਾਰੀਫ ਵੀ ਕੀਤੀ, ਕਹਿੰਦੇ ਬਹੁਤ ਅੱਛਾ ਸੰਬੋਧਨ ਸੀ, ਪਰ ਨਾਲ ਦੇ ਨਾਲ ਉਹਨਾਂ ਨੇ ਇੱਕ ਤਰ੍ਹਾਂ ਦੀ ਕਾਂਚ ਕੀਤੀ ਹੁੰਦੀ ਹੈ, ਉਹ ਇਸ ਤਰ੍ਹਾਂ ਗੱਲ ਕਹਿ ਰਹੇ ਸੀ ਵੀ ਮੈਂ ਸਮਝ ਰਿਹਾ ਸੀ ਕਿ ਗੱਲਾਂ ਕਰਦੇ ਕਰਦੇ ਇਹ 84 ਤੱਕ ਵੀ ਪਹੁੰਚ ਜਾਣਗੇ, ਔਰ ਕਿਤੇ ਜਿਹੜੀ ਦੇਸ਼ ਵਿੱਚ ਐਮਰਜੈਂਸੀ ਲੱਗੀ ਸੀ ਉੱਥੋਂ ਤੱਕ ਇਹ ਪਹੁੰਚ ਜਾਣਗੇ, ਪਰ ਉਹ ਨਹੀਂ ਹੋਇਆ, ਅਤੇ ਉਹ ਕੀ ਭਾਵਨਾ ਲੈਂਦੇ ਉਹ 'ਚ, ਕੀ ਮਹਿਸੂਸ ਕਰਦੇ ਆ ਵੀ ਸਪਸ਼ਟ ਤੌਰ 'ਤੇ ਕੀ ਉਹਨਾਂ ਨੇ ਕਿਹਾ? ਦੇਖੋ, ਸਪਸ਼ਟ ਤੌਰ 'ਤੇ ਉਹਨਾਂ ਨੇ ਜਿਹੜੇ ਸਰੋਤੇ ਨੇ ਸਾਰੇ ਭਾਰਤ ਵਾਸੀ ਨੇ ਉਹਨਾਂ ਨੂੰ ਇਹ ਗੱਲ ਕਲੀਅਰ ਕੀਤੀ ਹੈ ਕਿ ਕਾਂਗਰਸ ਦੇ ਅਗੇਂਸਟ ਸੀਗੇ ਤੁਸੀਂ ਪਹਿਲੇ, ਜੀ ਤੁਸੀਂ ਸਾਨੂੰ ਚੁਣਿਆ, ਤੁਸੀਂ ਪਹਿਲੇ ਕਾਂਗਰਸ ਦੇ ਅਗੇਂਸਟ ਸੀਗੇ, ਤਾਂ
खास तौर पर सिखां नूं ਇਹ ਸੰਬੋਧਨ ਕਰਦੇ ਪਏ ਨੇ ਜਿਹੜੇ ਇਹਦੇ ਵਿੱਚ ਦੇਖੀਏ ਉਹਨਾਂ ਨੂੰ ਉਹ ਦੱਸਦੇ ਪਏ ਨੇ ਕਿ ਇਹ ਪਾਰਟੀ ਨੂੰ ਤੁਸੀਂ ਅਤੈਸ਼ੀ ਸਮਝਦੇ ਇਹਦੇ ਅਗੇਂਸਟ ਤਾਂ ਤੁਸੀਂ ਇੰਨਾ ਸੀਗੇ ਕਿ ਇਹਨਾਂ ਨੇ 84 ਦੀ ਇਹਨਾਂ ਨੇ ਕੀਤੀ ਹੈਗੀ ਹੈ ਸਾਰੀ ਜਿਹੜੀ ਗੱਲਬਾਤ ਸਿੱਖ ਨਰਸੰਘਾਰ ਹੋਇਆ ਜਿਹੜਾ ਦਿੱਲੀ ਉਹਦੇ 'ਚ ਉਹ ਗੱਲ ਲਿਆ ਰਹੇ ਸੀਗੇ ਕਿ ਤੁਸੀਂ ਲੋਕਾਂ ਨੇ ਇਹ ਕੀਤਾ ਹੈਗਾ ਵੈ ਕਿ ਤੁਸੀਂ ਉੱਥੇ ਤੱਕ ਪਹੁੰਚ ਜਾਓਗੇ ਪਰ ਤੁਸੀਂ ਉੱਥੋਂ ਪਹੁੰਚੇ ਨਹੀਂ ਹੈ ਇਹ ਗੱਲ ਉਹਨਾਂ ਨੇ ਮਜ਼ਾਕ ਵੀ ਥੋੜ੍ਹਾ ਜਿਹਾ ਕੀਤਾ ਹੈਗਾ ਵੈ ਅਤੇ ਜਿਹੜੇ ਸਿੱਖ ਸਰੋਤੇ ਹੈਗੇ ਆ ਉਹਨਾਂ ਨੂੰ ਇਹ ਗੱਲ ਸੁਣਾਈ ਵੀ ਹੈਗੀ ਆ ਕਿ ਅਸੀਂ ਜਿਹੜਾ ਵਿਰੋਧੀ ਨਹੀਂ ਸੀਗੇ ਤੁਹਾਡੇ ਇਹ ਵਿਰੋਧੀ ਸੀਗੇ ਜਿਨ੍ਹਾਂ ਨੇ ਤੁਹਾਡਾ ਉਸ ਵਕਤ ਕੀਤਾ ਐਮਰਜੈਂਸੀ ਲਾਈ ਜੇ ਦੇਸ਼ ਦੇ ਵਿੱਚ ਠੀਕ ਹੈ ਉਹ ਉਹਦੇ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਪਾਰਟੀ ਨੇ ਕੀਤਾ ਸੀ ਉਹਨਾਂ ਨੇ ਉਹ ਮੌਕਾ ਜਿਹੜਾ ਪੂਰੀ ਤਰ੍ਹਾਂ ਹੰਡਾਇਆ ਮਤਲਬ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਜੀ ਨੇ ਉਹ ਮੌਕਾ ਗਵਾਇਆ ਨਹੀਂ ਜਿਹੜਾ ਅੱਜ ਦੇ ਦੌਰ ਦੇ ਵਿੱਚ ਇਹ ਸਾਬਤ ਕਰਨ ਵਾਸਤੇ ਸੀ ਮੌਕਾ ਉਹਨਾਂ ਨੂੰ ਕਿ ਪਿਛਲੀਆਂ ਸਰਕਾਰਾਂ ਜਿਹੜੇ ਅੱਜ ਵਿਰੋਧ ਕਰ ਰਹੇ ਨੇ ਇਹ ਆਪਣੇ ਸਮੇਂ ਦੇ ਕੀ ਕਰਦੇ ਰਹੇ ਦੇਖੋ ਇਹ ਮੌਕਾ ਗਵਾਇਆ ਨਹੀਂ ਪਰ ਕਿਸਾਨੀ ਦਾ ਮੌਕਾ ਜ਼ਰੂਰ ਗਵਾਇਆ ਉੱਤੇ ਵੀ ਮੈਂ ਆਊਂਗਾ ਅਤੇ ਇਹ ਮੌਕਾ ਤਾਂ ਉਹਨਾਂ ਨੇ ਪੂਰੇ ਉਹਨਾਂ 'ਤੇ ਗੱਲਾਂ ਬਾਤਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਕਿ ਖਬਰਾਂ ਉਹਨਾਂ ਦਾ ਆਈਟੀ ਵਿੰਗ ਪਾ ਰਿਹਾ ਹੈਗਾ ਜਿਹੜਾ ਜਿਨ੍ਹਾਂ ਨੂੰ ਆਪਾਂ ਮੋਦੀ ਭਗਤ ਕਹਿ ਦਿੰਦੇ ਹੈਗੇ ਹਾਂ ਅਤੇ ਕਿ ਜਿਹੜੇ ਬੰਦੇ ਕੋਈ ਗੱਲ ਸੁਣਦੇ ਹੀ ਨਹੀਂ ਹੈਗੇ ਆ ਠੀਕ ਹੈ ਉਹਨਾਂ ਨੇ ਆਪਣੇ ਕੋਈ ਆਪਣੇ ਤਰਕ ਗੜੀ ਜਾਣੇ ਆ ਨਵੇਂ ਤੋਂ ਨਵੇਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਅਤੇ ਉਹਨਾਂ ਨੇ ਗੱਲ ਸੁਣਨੀ ਨਹੀਂ ਕਿਸੇ ਦੀ ਹਰ ਜਗ੍ਹਾ ਬਹਿਸ ਕਰਨੀ ਹੈ ਉਹਨਾਂ ਨੇ ਉਹਨਾਂ ਨੂੰ ਭਗਤ ਆਪਾਂ ਕਹਿ ਦਿੰਦੇ ਹੈਗੇ ਹਾਂ ਜਿਹੜੇ ਅੱਖਾਂ ਕੰਨ ਨੱਕ ਉਹਨਾਂ ਦੇ ਅੱਜ ਕੱਲ੍ਹ ਤਾਂ ਚਲੋ ਇਸ ਗੱਲ ਨੂੰ ਮਸ਼ਹੂਰ ਕੀਤਾ ਗਿਆ ਹਾਂ ਹਾਂ ਉਹਨਾਂ ਨੂੰ ਭਗਤ ਕਹਿ ਤਾਂ ਉਹਨਾਂ ਚਮਚੇ ਕਹਿ ਤਾਂ ਤੁਹਾਨੂੰ ਪਤਾ ਹੀ ਹੈ ਫੇਸਬੁੱਕ 'ਤੇ ਕੀ ਚੱਲਦਾ ਪਿਆ ਠੀਕ ਹੈ ਅਤੇ ਉਹ ਗੱਲ ਜਿਹੜੀ ਹੈਗੀ ਆ ਉੱਧਰ ਨੂੰ ਲੈ ਕੇ ਆ ਰਹੇ ਸੀਗੇ ਠੀਕ ਹੈ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਲੋਕ ਜਿਹੜੇ ਹੈਗੇ ਹੋ ਇਹ ਖਰਾਬੀ ਕੀਤੀ ਅਸੀਂ ਨਹੀਂ ਖਰਾਬੀ ਕੀਤੀ ਹੈਗੀ ਉਹ ਇਹ ਗੱਲ ਦੱਸਦੇ ਪਏ ਨੇ ਇੱਕ ਗੱਲ ਪਰ ਕਿਸਾਨੀ ਦਾ ਮੌਕਾ ਉਹਨਾਂ ਨੇ ਗਵਾਇਆ ਇੱਕ ਚੀਜ਼ ਹੈ ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ ਕਿਸਾਨੀ ਦਾ ਮੌਕਾ ਗਵਾਇਆ ਅਗਰ ਆਪਾਂ ਕਿਸਾਨੀ ਦੀ ਗੱਲ ਕਰ ਰਹੇ ਜਿਵੇਂ ਹੁਣ ਤੁਸੀਂ ਭਗਤਾਂ ਦੀ ਗੱਲ ਕਰ ਰਹੇ ਸੀ ਜਿਹੜੇ ਕਿ ਨਰਿੰਦਰ ਮੋਦੀ ਜੀ ਦਾ ਹੱਕ 'ਚ ਬੋਲਦੇ ਜ਼ਰੂਰੀ ਨਹੀਂ ਹੈ ਕਿ ਨਰਿੰਦਰ ਮੋਦੀ ਜੀ ਹੱਕ 'ਚ ਕੋਈ ਵੀ ਅਗਰ ਛੋਟੀ ਜਿਹੀ ਵੀ ਗੱਲ ਕਰਦਾ ਉਹ ਭਗਤ ਹੀ ਹੋ ਗਿਆ ਉਹਨਾਂ ਦਾ ਲੇਕਿਨ ਕੁਛ ਚੀਜ਼ਾਂ ਨੇ ਜਿਹੜੇ ਸਵਾਲ ਨੇ ਜਿਨ੍ਹਾਂ ਦਾ ਵਿਚਾਰ ਜਿਹੜਾ ਉਹ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਨੇ ਨਿਊਟਰਲ ਲੋਕ ਨੇ ਉਹੀ ਜਿਹੜਾ ਉਹ ਦੇ ਸਕਦੇ ਨੇ ਇੱਕ ਬੜਾ ਵੱਡਾ ਜਿਹੜਾ ਉਹ ਸਵਾਲ ਆ ਰਿਹਾ ਸੀ ਕਿ ਜਿਹੜਾ ਕਾਨੂੰਨ ਬਣਾਇਆ ਪ੍ਰਧਾਨ ਮੰਤਰੀ ਨੇ ਆਪਣੇ ਗੱਲ ਕੀਤੀ ਆ ਕਿ 1.25 ਕਰੋੜ ਤੋਂ ਜ਼ਿਆਦਾ ਪਰਿਵਾਰ ਜਿਹੜੇ ਆ ਇਹਦੇ 'ਚ ਜੁੜੇ ਹੋਏ ਖੇਤੀ ਸੈਕਟਰ ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਉਹਨਾਂ ਸਾਰਿਆਂ ਨੂੰ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਮਝ ਆ ਰਿਹਾ ਵੀ ਹਾਂ ਉਹਨਾਂ ਦੀ ਬਿਹਤਰੀ ਵਾਸਤੇ ਆ ਉਹਨਾਂ ਦੀ ਜਿਹੜੀ ਮਾਰਕੀਟਿੰਗ ਕਿਵੇਂ ਪ੍ਰੋਡਕਟਸ ਦੀ ਕਰਨੀ ਉਹਦੇ ਵਾਸਤੇ ਆ ਔਰ ਕਹਿੰਦੇ ਵੀ ਸਿਰਫ ਜਿਹੜੇ ਕੁਛ ਇੱਕ ਪੰਜਾਬ ਦੇ ਆ ਜਾਂ ਥੋੜ੍ਹੇ ਜਿਹੇ ਹਰਿਆਣੇ ਦੇ ਖੇਤਰ ਨੇ ਵੀ ਇਹੀ ਇਸ ਗੱਲ ਦੀ ਮੰਗ ਕਰਦੇ ਨੇ ਅਤੇ ਉਹ ਆਮ ਤੌਰ 'ਤੇ ਸਵਾਲ ਕੀਤਾ ਜਾਂਦਾ ਵੀ ਇਹ ਜਿਹੜੇ ਕਰੋੜਾਂ ਲੋਕਾਂ ਦੀ ਭਲਾਈ ਵਾਸਤੇ ਚੀਜ਼ ਬਣੀ ਆ ਉਹਨੂੰ ਕੁਝ ਲੱਖ ਜਾਂ ਕੁਝ ਹਜ਼ਾਰ ਲੋਕਾਂ ਦੇ ਕਹਿਣ 'ਤੇ ਕਿਵੇਂ ਰੱਦ ਕੀਤਾ ਜਾਵੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇ ਦੇਖੋ ਜੇ ਤਾਂ ਪੁੱਛੋਗੇ ਕਾਨੂੰਨਾਂ ਦੀ ਗੱਲ ਜੀ ਕਾਨੂੰਨ ਤਿੰਨੋਂ ਜਿਹੜੇ ਮੈਂ ਉਹਨਾਂ ਦੇ ਪੜ੍ਹੇ ਹੈਗੇ ਆ ਜੀ ਉਹ ਤਿੰਨੋਂ ਕਾਨੂੰਨ ਜਿਹੜੇ ਆ ਕਾਫੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਉਹ ਐਕਸਪੋਜ਼ਰ ਦਿੰਦੇ ਆ ਕਿਸਾਨ ਵੱਡੀ ਮਾਰਕੀਟ ਦਾ ਇਹ ਕੋਈ ਸ਼ੱਕ ਨਹੀਂ ਹੈਗਾ ਜੀ ਪਰ ਉਹ ਸਬਜੈਕਟ ਟੂ ਕੰਡੀਸ਼ਨ ਨੇ ਕਿ ਉਹ ਸਥਿਤੀ ਜਿਹੜੀ ਹੈ ਉਹ ਬਣ ਸਕਦੀ ਹੈ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬਣ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਉਹ ਵਿਸ਼ਵਾਸ ਜਿਹੜਾ ਉਹ ਨਹੀਂ ਬਣਾਇਆ ਕਿ ਮੈਂ ਕਾਰਪੋਰੇਟ ਦੇ ਦਬਾਅ 'ਚ ਨਹੀਂ ਹੈਗਾ ਠੀਕ ਹੈ ਜੇ ਉਹ ਵਿਸ਼ਵਾਸ ਦੇਸ਼ 'ਚ ਬਣਿਆ ਹੁੰਦਾ ਫਿਰ ਇਹ ਕਾਨੂੰਨ ਵਧੀਆ ਲੱਗਣੇ ਸੀ ਮਤਲਬ ਤੁਹਾਨੂੰ ਲੱਗਦਾ ਵੀ ਕਾਨੂੰਨ ਦੇ ਵਿੱਚ ਖਰਾਬੀ ਨਾਲੋਂ ਜ਼ਿਆਦਾ ਵਿਸ਼ਵਾਸ ਦੀ ਕਮੀ ਹੈ ਜਿਹੜੀ ਆ ਉਹ ਲੈ ਕੇ ਚੱਲਦੀ ਸਰਕਾਰ ਦੇਖੋ ਉਹਦੇ ਵਿੱਚ ਇਹ ਹੈ ਕਿ ਹੁਣ ਕਾਰਪੋਰੇਟ ਸੈਕਟਰ ਹੈ ਜੇ ਅਸੀਂ ਕਾਰਪੋਰੇਟ ਸੈਕਟਰ ਨੂੰ ਫੇਵਰ ਕਰਦੇ ਪਏ ਹਾਂ ਅਸੀਂ ਪੁਰਾਣੀ ਹਿਸਟਰੀ ਦਿਖਾਤੀ ਹੈਗੀ ਆ ਉਹਨਾਂ ਨੂੰ ਵਾਰ ਵਾਰ ਫੇਵਰ ਕਰਕੇ ਠੀਕ ਹੈ ਕਿ ਅੰਬਾਨੀ ਅਡਾਨੀ ਠੀਕ ਹੈ ਇਹਨਾਂ ਨੇ ਜਿਹੜੇ ਟਾਟਾ ਬਿਰਲਾ ਹੈਗੇ ਡਾਲਮੀਆ ਹੈਗੇ ਗਰੁੱਪ ਹੈ ਅਸੀਂ ਇਹਨਾਂ ਦੇ ਫੇਵਰ ਦੇ ਵਿੱਚ ਪੋਲਸੀਆਂ ਬਦਲਦੇ ਪਏ ਹੈਗੀਆਂ ਠੀਕ ਹੈ ਇੱਦਾਂ ਲੱਗਦਾ ਪਿਆ ਕਿ ਇਕੋਨਮਿਸਟ ਜਿਹੜੇ ਹੈਗੇ ਆ ਜਿਹੜੇ ਪੋਲਸੀਆਂ ਬਣਾਉਂਦੇ ਪਏ ਹੈਗੇ ਆ ਉਹ ਇਹਨਾਂ ਦੇ ਨਹੀਂ ਹੈ ਉਹਨਾਂ ਦੇ ਨਹੀਂ ਕਾਰਪੋਰੇਟ ਘਰਾਣਿਆਂ ਦੇ ਇਕੋਨਮਿਸਟ ਨੇ ਅੱਛਾ ਇੱਕ ਰੋਦਰਾ ਜੀ ਇੱਥੇ ਹੋਰ ਧਿਆਨ 'ਚ ਆਇਆ ਕੁਝ ਹੋਰ ਇੰਟਰਵਿਊਜ ਕੀਤੀਆਂ ਨੇ ਕੁਝ ਲੋਕਾਂ ਨਾਲ ਤਾਂ ਉਹਦੇ ਵਿੱਚ ਇੱਕ ਗੱਲ ਆਈ ਸੀ ਪਿੱਛੇ ਜੇ ਵਿੱਤ ਮੰਤਰੀ ਨੇ 1,00,000 ਕਰੋੜ ਰੁਪਈਆ ਰੱਖਿਆ ਸੀਗਾ ਪੰਜਾਬ ਦੇ ਵਿੱਚ ਜਿਹੜੇ ਸੁਸਾਇਟੀਜ਼ ਬਣਾ ਕੇ ਕਿਸਾਨਾਂ ਵੱਲੋਂ ਉਹਦੇ ਵਾਸਤੇ ਕਿ ਤੁਸੀਂ ਇੰਡਸਟਰੀ ਵਗੈਰਾ ਆਪਣੇ ਪਿੰਡਾਂ 'ਚ ਲਾਉਣੀ ਹੈ ਜਿਹੜਾ ਕਿ ਇਸ ਐਕਟ ਦੇ ਅਧੀਨ ਹੀ ਜਿਹੜੀ ਆਉਣਾ ਸੀਗਾ ਤਾਂ ਉਹਦੇ ਵਿੱਚ ਇਹ ਸਵਾਲ ਆ ਰਿਹਾ ਸੀਗਾ ਕਿ ਅਗਰ ਉਹਦਾ ਫਾਇਦਾ ਹੋਣਾ 1,00,000 ਕਰੋੜ ਰੁਪਇਆ ਲੋਨ ਹੈ ਉਹ ਸਬਸਿਡੀਆਂ ਤੋਂ ਬਾਹਰ ਸਰਕਾਰ ਆਉਣਾ ਚਾਹੁੰਦੀ ਹੈ ਸਰਕਾਰ ਕਰਜ਼ਾ ਮੁਆਫੀਆਂ ਤੋਂ ਬਾਹਰ ਆਉਣਾ ਚਾਹੁੰਦੀ ਉਹ ਚਾਹੁੰਦੀ ਵੀ ਕਿਸਾਨ ਹੀ ਇੰਨੇ ਜੋਗਾ ਹੋ ਜਾਏ ਕਿ ਉਹਦੀ ਜਿਹੜੀ ਫਸਲ ਹੈ ਸਹੀ ਢੰਗ ਨਾਲ ਵਿਕਣੀ ਸ਼ੁਰੂ ਹੋ ਜਾਓ ਇਸ ਤਰ੍ਹਾਂ ਦੀ ਕੋਈ ਭਾਵਨਾ ਜਿਹੜੀ ਦੱਸੀ ਜਾ ਰਹੀ ਪਰ ਉਹਦੇ 'ਚ ਜਿਹੜੇ ਇਹ ਆਇਆ ਸੀਗਾ ਕਿ ਤੁਸੀਂ ਇੱਕ ਸੁਸਾਇਟੀਜ਼ ਬਣਾ ਕੇ ਪਿੰਡਾਂ ਦੇ ਵਿੱਚ ਇੰਡਸਟਰੀ ਲਗਾ ਸਕਦੇ ਹਾਂ ਅਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਅਡਾਨੀ ਅਬਾਨੀ ਨਾਲੋਂ ਜਿਹੜਾ ਇਹਦੇ 'ਚ ਠੀਕ ਹੈ ਅਡਾਨੀ ਅਬਾਨੀ ਦਾ ਇੱਕ ਅਲੱਗ ਫੈਕਟਰ ਹੋ ਸਕਦਾ ਕਾਰਪੋਰੇਟਰ ਦਾ ਫੈਕਟਰ ਹੋ ਸਕਦਾ ਪਰ ਕੀ ਉਹਦੇ ਨਾਲ ਸਿਰਫ ਉਹਦੇ ਵਿਰੋਧ ਕਰਕੇ ਹੀ ਅਸੀਂ ਕਿਤੇ ਜਿਹੜਾ ਆਪਣੇ ਆਪ ਨੂੰ ਮੌਕਾ ਮਿਲਦਾ ਸੀ ਉਹ ਤਾਂ ਨਹੀਂ ਕਿਤੇ ਗੁਆ ਰਹੇ ਦੇਖੋ
ਇਹਦੇ ਵਿੱਚ ਇੱਕ ਗੱਲ ਹੋ ਸਕਦੀ ਹੈ ਕਿ ਕਾਨੂੰਨਾਂ ਦੇ ਵਿੱਚ ਤੁਸੀਂ ਜਲਦਬਾਜ਼ੀ ਨਾ ਕਰਦੇ, ਠੀਕ ਹੈ, ਇਹ ਗੱਲਾਂ ਜਿਹੜੀਆਂ ਸੁਸਾਇਟੀਆਂ ਪਹਿਲੇ ਬਣਾ ਦਿੰਦੇ ਜੀ, ਠੀਕ ਹੈ, ਤਾਂ ਕਿ ਕਿਸਾਨ ਦਾ ਵਿਸ਼ਵਾਸ ਉਹਨਾਂ 'ਤੇ ਰਹਿੰਦਾ। ਹੁਣ ਜਦ ਇੱਕ ਉਹਨੂੰ ਲੱਗੇਗਾ ਮੈਂ ਇੱਕ ਗਿਣੇ ਮਿੱਥੇ ਸਿਸਟਮ ਦੇ ਵਿੱਚ ਹੈਗਾ, ਠੀਕ ਹੈ, ਝੋਨੇ ਤਾਂ ਕਣਕ ਦੀ ਆਪਾਂ ਖੇਤੀ ਕਰਦੇ, ਪੰਜਾਬ ਹਰਿਆਣੇ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਤਾਂ ਵੈਸਟਰਨ ਯੂਪੀ ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਉਹਨਾਂ ਦਾ ਜੇ ਅਲੱਗ ਸਿਸਟਮ ਹੈਗਾ ਦੇਸ਼ ਦੇ ਨਾਲ, ਠੀਕ ਹੈ, ਜਿੱਥੇ ਪਿਆਜ ਹੁੰਦਾ ਹੈਗਾ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਜਿੱਥੇ ਚਾਹ ਹੁੰਦੀ ਹੈਗੀ ਹੈ ਨਾ, ਉਹਨਾਂ ਦੀ ਅਲੱਗ ਸਮੱਸਿਆਵਾਂ ਨੇ, ਹਰੇਕ ਦੀਆਂ ਸਮੱਸਿਆਵਾਂ ਅਲੱਗ ਤਰੀਕੇ ਦੀਆਂ ਨੇ, ਆਪਾਂ ਉਹਨਾਂ ਨੂੰ ਇੱਕੋ ਲਾਠੀ ਨਾਲ ਸਾਰੀਆਂ ਭੇਡਾਂ ਨੂੰ ਹਾਂਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ, ਆਪਾਂ ਕਹਿੰਦੇ ਹਾਂ ਉਹਨਾਂ ਨੂੰ ਜੇ ਵਧੀਆ ਨੇ ਨਵੇਂ, ਮਤਲਬ ਤੁਹਾਨੂੰ ਲੱਗਦਾ ਕਿ ਜਿਵੇਂ ਇੱਥੇ ਸਰਕਾਰਾਂ ਵੀ ਕਰਦੀਆਂ ਸੀ ਪ੍ਰਚਾਰ ਕਿ ਝੋਨਾ ਇੱਥੋਂ ਦੀ ਫਸਲ ਨਹੀਂ ਹੈ, ਝੋਨਾ ਇੱਥੇ ਜ਼ਬਰਦਸਤੀ ਲੈਂਦਾ ਗਿਆ, ਉਹਦੇ ਜ਼ਮੀਨ ਦਾ ਜਿਹੜਾ ਪਾਣੀ ਬਹੁਤ ਥੱਲੇ ਚਲਾ ਗਿਆ, ਸਮੱਸਿਆ ਮੈਂ ਝੋਨੇ ਦੀ ਪਰਾਲੀ ਸਾੜਦੀ ਪਈ ਹੈ। ਕਣਕ ਦੀ ਵੀ ਜਿਹੜੀ ਉਪਜ ਆ ਉਹ ਭੰਡਾਰ ਜਿਹੜੇ ਓਵਰ ਹੋ ਚੁੱਕੇ ਆ, ਜਿਹੜੀ ਐਫ ਸੀ ਆਈ ਆ ਉਹਦੇ ਕੋਲ ਇੰਨਾ ਸਮਾਨ ਨਹੀਂ, ਇੱਥੇ ਅਨਾਜ ਨਸ਼ਟ ਬਹੁਤ ਹੁੰਦਾ, ਬਰਬਾਦ ਕਰਦੇ ਆ। ਪਰ ਕੀ ਇਹਦੇ ਵਿੱਚ ਹਾਲਾਂਕਿ ਸਾਡੀਆਂ ਸਰਕਾਰਾਂ, ਲੋਕਲ ਸਰਕਾਰ ਹੈ ਪੰਜਾਬ ਸਰਕਾਰ, ਖੇਤੀਬਾੜੀ ਨੂੰ ਸੰਭਾਲਣ ਵਾਸਤੇ, ਫਸਲਾਂ ਉਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਇੱਕ ਵੰਨ ਸਮਾਨਤਾ ਪੈਦਾ ਕਰੋ, ਉਹ ਗੱਲ ਜਿਹੜੀ ਆ ਸਮਝਣ ਦੀ ਥਾਂ 'ਤੇ ਕਿਸਾਨ ਜਿਹੜਾ ਇਸ ਗੱਲ ਲਈ ਕਿਉਂ ਮਤਲਬ ਵਾਜੇ ਦਿਆ ਕਿ ਜਿਹੜੀ ਚੀਜ਼ ਐਕਸਟਰਾ ਆ ਉਹਦੇ ਕੋਲ ਪਈ ਆ, ਔਲਰੇਡੀ ਸਰਕਾਰ ਕਹਿੰਦੀ ਐਕਸਟਰਾ ਹੋ ਗਈ ਉਹੀ ਬੀਜੀ ਜਾਵੇ, ਉਹਦਾ ਬਦਲ ਲਈ ਕਿਸਾਨ ਦਾ ਤਿਆਰ ਨਹੀਂ ਹੋਇਆ, ਲੇਕਿਨ ਠੀਕ ਆ ਉਹ ਅੱਜ ਦਾ ਆੜੇ ਆਈ ਹੋਏਗੀ ਜ਼ਰੂਰ। ਉਹ ਦੇਖੋ ਮੈਂ ਤੁਹਾਡੀ ਗੱਲ ਇਸੇ ਗੱਲ 'ਚ ਜਵਾਬ ਹੈ, ਤੁਸੀਂ ਕਿਹਾ ਕਿ ਉਹ ਬਦਲਣ ਨੂੰ ਤਿਆਰ ਨਹੀਂ ਹੋਇਆ, ਠੀਕ ਹੈ, ਵੰਨ ਸੁਵੰਨੀਆਂ ਫਸਲਾਂ ਜਿਹੜੀ ਖੇਤੀ ਵਿਭਿੰਨਤਾ ਸਕੀਮਾਂ ਚਲਾਈਆਂ ਸੀ ਇਹਨਾਂ ਨੇ, ਅਤੇ ਉਹਦੇ ਲਈ ਜੇ ਤਿਆਰ ਨਹੀਂ ਹੋਇਆ ਫਿਰ ਤੁਹਾਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਸੀ ਕਿ ਕਿਸਾਨ ਜਿਹੜਾ ਉਹ ਆਪਣੇ ਸਿਸਟਮ ਨਾਲ ਖੁਸ਼ ਹੈਗਾ। ਮਤਲਬ ਪਹਿਲੇ ਕਿਸਾਨ ਦੀ ਮਾਨਸਿਕ ਤੌਰ 'ਤੇ ਤਿਆਰੀ ਕਰਾਉਣੀ ਚਾਹੀਦੀ, ਹਾਂ, ਕਿ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਇਹ ਜਿਹੜੀਆਂ ਸੁਸਾਇਟੀਆਂ ਤੁਸੀਂ ਦੀ ਗੱਲ ਕੀਤੀ ਆ ਪਹਿਲੇ ਬਣਾਉਣੀਆਂ ਚਾਹੀਦੀਆਂ। ਪਰਿੰਦਰਾ ਜੀ ਇੱਥੇ ਇੱਕ ਤੁਹਾਡੇ ਧਿਆਨ 'ਚ ਹੋਰ ਗੱਲ ਲਿਆ ਦਿਆਂ ਕਿ ਜਿਹੜੇ ਤੁਸੀਂ ਗੱਲ ਕਰ ਰਹੇ ਨਾ ਕਿ ਮਾਨਸਿਕ ਤੌਰ 'ਤੇ ਲੋਕਾਂ ਨੂੰ ਪਹਿਲੇ ਤਿਆਰ ਕਰਨਾ ਚਾਹੀਦਾ ਸੀਗਾ, ਉਹਦੇ 'ਚ ਗੱਲ ਇਹ ਆ ਵੀ ਜਿਹੜੀ ਡਿਮਾਂਡਸ ਹੈ, ਡਿਮਾਂਡਸ ਤਾਂ ਆੜ੍ਹਤੀਏ ਦੇ ਖਿਲਾਫ਼ ਸੀ, ਹੁਣ ਤੱਕ ਤਾਂ ਇਹੀ ਸ਼ਿਕਾਇਤ ਹੁੰਦੀ ਸੀ ਕਿ ਆੜ੍ਹਤੀ ਆ ਉਹਨੂੰ ਲੁੱਟਦਾ ਜਾਂ ਉਹਦੀ ਮੰਡੀ 'ਚ ਲੁੱਟ ਹੁੰਦੀ ਹੈ ਜਾਂ ਉਹਨੂੰ ਪੂਰਾ ਜਿਹੜਾ ਭਾਅ ਨਹੀਂ ਮਿਲਦਾ, ਅਤੇ ਮੰਡੀਕਰਨ ਖੋਲ੍ਹਣ ਦੀ ਜਿਹੜੀ ਮੰਗ ਹੈ ਸਾਡੇ ਕਿਸਾਨ ਜਥੇਬੰਦੀਆਂ ਜਿਹਨਾਂ ਦੇ ਆਗੂ ਉੱਥੇ ਲੀਡ ਕਰ ਰਹੇ ਨੇ, ਉਹਨਾਂ ਦੀ ਮੰਗ ਇਹੀ ਹੁੰਦੀ ਸੀ ਮਾਰਕੀਟ ਖੋਲ੍ਹੀ ਜਾਵੇ। ਹਾਲਾਂਕਿ ਜੇ ਇਹਨੂੰ ਦੂਜੇ ਐਂਗਲ ਤੋਂ ਦੇਖੀਏ ਮਾਰਕੀਟ ਖੋਲ੍ਹਣ ਦਾ ਵੀ ਨਜ਼ਰੀਆ ਜੋ ਸਰਕਾਰ ਦਾ ਦਾਅਵਾ ਹੈ। ਦੇਖੋ ਮੈਂ ਗੱਲ ਕਹਿ ਰਿਹਾ ਹੈਗਾ ਕਿ ਉਹ ਇੱਕ ਗਿਣੇ ਮਿੱਥੇ ਸਿਸਟਮ ਦੇ ਵਿੱਚ ਨੇ, ਉਹ ਸੇਫ ਲੱਗ ਰਿਹਾ ਉਹਨਾਂ ਨੂੰ, ਠੀਕ ਹੈ, ਕਿਉਂਕਿ ਉਹਨਾਂ ਨੇ ਦੇਖਿਆ ਸਰਕਾਰ ਨੇ ਵਿਸ਼ਵਾਸ ਬਣਾਇਆ ਨਹੀਂ ਹੈਗਾ, ਜੇ ਕੱਲ੍ਹ ਨੂੰ ਕਾਰਪੋਰੇਟ ਘਰਾਣੇ ਆ ਜਾਂਦੇ ਆ ਉਹ ਹੌਲੀ ਹੌਲੀ ਟੇਕ ਓਵਰਸ ਜਿਹੜੇ ਆ ਉਹ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਆ, ਉਹ ਉਹਨਾਂ ਦੀਆਂ ਪੋਲਸੀਆਂ ਜਿਹੜੀਆਂ ਉਹਨਾਂ ਨੂੰ ਮੈਚ ਨਹੀਂ ਕਰ ਪਾਉਣਾ ਕਿਸਾਨ ਨੇ, ਆੜ੍ਹਤੀ ਇਹਨਾਂ ਕਿਸਾਨ ਲੜ ਪਊਗਾ, ਉਹਨੂੰ ਕਹੂਗਾ ਤੂੰ ਇੱਦਾਂ ਨਹੀਂ ਇੱਦਾਂ ਕਰਨਾ ਹੈਗਾ, ਹੈ ਨਾ। ਇੱਕ ਕਾਰਪੋਰੇਟ ਘਰਾਣਾ ਉਹ ਕਹਿੰਦਾ ਜੀ ਸਾਡੇ ਤਾਂ ਇਹ ਕਾਨੂੰਨ ਹੈਗਾ ਵੈ, ਸਾਡਾ ਆਹ ਫਲਾਨੀ ਪੋਲਸੀ ਹੈਗੀ ਆ, ਅਤੇ ਤੁਸੀਂ ਸਾਈਨ ਕੀਤੇ ਹੋਏ ਹੈਗੇ ਆ, ਉਹ ਪੋਲਸੀ ਨੂੰ ਕਿਸਾਨ ਕਿੱਦਾਂ ਨਜਿੱਠੇਗਾ, ਇਹ ਮੁਸ਼ਕਲ ਗੱਲ ਹੈਗੀ ਨਾ। ਇਹ ਚੀਜ਼ ਜੇ ਇਸ ਚੀਜ਼ ਦੀ ਸਮਝ ਜਿਹੜੀ ਕਿਸਾਨ ਨੇਤਾਵਾਂ ਨੂੰ ਹੈਗੀ ਹੈ, ਅਤੇ ਕਿਸਾਨਾਂ ਨੂੰ ਚਾਹੇ ਹੋਵੇ ਨਾ ਹੋਵੇ, ਛੋਟੇ ਕਿਸਾਨਾਂ ਨੂੰ ਤਾਂ ਬਿਲਕੁਲ ਨਹੀਂ, ਜਿਹਨਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ ਹੈਗਾ ਵਾ, ਉਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਹੋਏਗੀ, ਉਹਨਾਂ ਨੂੰ ਓਪਰੇ ਤੌਰ 'ਤੇ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਉਹੀ ਸਮਝ ਹੋਏਗੀ। ਆਪਾਂ ਟੀ ਵੀ ਚੈਨਲਾਂ ਦੇ ਪੱਤਰਕਾਰ ਵੀ ਦੇਖੇ, ਸਵਾਲ ਕਰਦੇ, ਉਹ ਪੁੱਛਦੇ ਪਏ ਸੀ ਪੋਲਸੀਆਂ ਬਾਰੇ, ਨਹੀਂ ਪਤਾ ਕਿਸਾਨਾਂ ਨੂੰ ਨਹੀਂ ਪਤਾ, ਪਰ ਨੇਤਾਵਾਂ ਨੂੰ ਇਹ ਤਾਂ ਪਤਾ ਹੈ ਨਾ ਕਿ ਅੱਗੇ ਕੀ ਹੁੰਦਾ ਰਿਹਾ ਹੈਗਾ ਵੈ, ਕਿੱਦਾਂ ਕਾਰਪੋਰੇਟ ਘਰਾਣੇ ਨੇ ਕਬਜ਼ੇ ਕੀਤੇ ਆਪਣੇ। ਤੁਸੀਂ ਮੈਂ ਇੱਕਜ਼ਾਮਪਲ ਦਿੰਦਾ ਤੁਹਾਨੂੰ, ਰਿਲਾਇੰਸ ਦੇ ਪੰਪ ਜਿਹੜੇ ਆ ਬੰਦ ਪਏ ਸੀ ਸਾਲਾਂ ਤੋਂ, ਕਿਉਂ, ਰਿਲਾਇੰਸ ਜਿਹੜੀ ਆ ਪੋਲਸੀ ਉਹਨਾਂ ਦੀਆਂ ਸੀਗੀਆਂ ਅਤੇ ਜੋ ਗੌਰਮੈਂਟ ਦੀ ਪੋਲਸੀਆਂ ਸੀ ਉਹਦੇ ਹਿਸਾਬ ਨਾਲ ਰਿਲਾਇੰਸ ਦੇ ਜਿਹੜੇ ਆ ਪੈਟਰੋਲ ਮਹਿੰਗਾ ਵਿਕਦਾ ਸੀਗਾ, ਉਹਦਾ ਡੀਜ਼ਲ ਮਹਿੰਗਾ ਵਿਕਦਾ ਸੀਗਾ, ਉਹ ਲੋਕਾਂ ਨੂੰ ਕਹਿੰਦੇ ਸੀ ਸਾਡਾ ਜ਼ਿਆਦਾ ਪਿਓਰ ਹੈ ਕਹਿੰਦੇ ਸੀਗੇ, ਪਰ 5 ਰੁਪਏ ਦਾ ਫਰਕ ਜਿਹੜਾ ਪੈਟਰੋਲ ਦਾ 50 ਰੁਪਏ ਪਿੱਛੇ 60 ਰੁਪਏ ਪਿੱਛੇ, ਉਦੋਂ ਉਸ ਟਾਈਮ ਦੀ ਗੱਲ ਕਰ ਰਹੇ ਹੈਗਾ, ਉਹਨਾਂ ਦੇ ਪੰਪ ਹੌਲੀ ਹੌਲੀ ਬੰਦ ਹੋ ਗਏ। ਜੀ ਜੀ, ਮੈਂ ਹੁਣ ਜਾਂਦਾ ਸੀ ਫਿਰੋਜ਼ਪੁਰ ਦੀ ਸੜਕ 'ਤੇ, ਮੈਨੂੰ ਯਾਦ ਹੈ ਇੱਕ ਪੰਪ ਸੀਗਾ, ਉਹਦੇ ਵਿੱਚ ਝਾੜੀਆਂ ਸੀਮਟ ਦੇ ਵਿੱਚ ਉੱਗ ਗਈਆਂ ਹੀ ਆ, ਝਾੜੀਆਂ ਸਾਰੇ ਪੰਪ ਦੇ ਵਿੱਚੋਂ ਬੰਦ ਹੋ ਗਏ, ਖੰਡਰ ਹੋ ਗਿਆ ਸੀਗਾ ਉਹ ਪੰਪ, ਇਸ ਟਾਈਮ ਨਵਾਂ ਨਕੋਰ ਫਿਰ ਬਣ ਗਿਆ ਹੈਗਾ ਵਾ, ਠੀਕ ਹੈ, ਕਿਉਂ, ਕਿਉਂਕਿ ਹੁਣ ਪੋਲਸੀਆਂ ਜਿਹੜੀਆਂ ਉਹਨਾਂ ਦੇ ਹਿਸਾਬ ਨਾਲ ਬਣ ਰਹੀਆਂ, ਆਪਾਂ ਵਿਸ਼ਵਾਸ ਜਿਹੜਾ ਉਹ ਗਵਾਇਆ ਵਾ ਕਿਤੇ ਨਾ ਕਿਤੇ, ਆਪਾਂ ਉਹਨਾਂ ਦੀ ਮਦਦ ਕਰਕੇ ਹੈਗਾ। ਇਲੈਕਸ਼ਨ 'ਚ ਪੈਸਾ ਹਰ ਇੱਕ ਨੂੰ ਚਾਹੀਦਾ, ਹਾਲਾਂਕਿ ਰੁਦਰਾ ਜੀ ਕੁਛ ਲੋਕਾਂ ਦਾ ਇਹ ਵੀ ਮੰਨਣਾ ਆ ਕਿ ਜਿਹੜੇ ਇਹ ਵੱਡੇ ਕਾਰਪੋਰੇਟ ਘਰਾਣੇ ਆ ਇਹ ਇੱਕ ਸਿਰਫ ਜਿਹੜਾ ਮਾਰਕਸਵਾਦ ਹੈ ਉਹਦੀ ਨਜ਼ਰ 'ਚ ਤਾਂ ਬਹੁਤ ਵੱਡੀ ਬੁਰਾਈ ਹੋ ਸਕਦੀ ਹੈ, ਪਰ ਉਹ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਪ੍ਰਾਈਵੇਟੇਸ਼ਨ ਜਿਹੜਾ ਕਰ ਰਿਹਾ ਕਿ ਸਰਵਿਸ ਲੋਕਾਂ ਨੂੰ ਅੱਛੀਆਂ ਮਿਲਣ, ਉਹਦੇ ਵਿੱਚ ਇੰਨਾ ਬੁਰਾ ਰੋਲ ਵੀ ਕਹਿੰਦੇ ਨਹੀਂ ਨਿਭਾਇਆ ਜਾਂਦਾ, ਫਿਰ ਰੁਜ਼ਗਾਰ ਵੀ ਮਿਲਦਾ ਹੈ ਔਰ ਉਹਨਾਂ ਦੇ ਜਿਹੜੇ ਮੈਨੇਜਮੈਂਟ ਹੈ ਉਹ ਵੀ ਅੱਛੀ ਹੁੰਦੀ ਹੈ। ਤੁਹਾਡੇ ਧਿਆਨ 'ਚ ਲਿਆਦਾ ਮੇਰਾ ਥੋੜ੍ਹਾ ਸਮਾਂ ਮੈਨੂੰ ਜਾਣਾ ਪੈ ਗਿਆ ਸੀ ਗੁਜਰਾਤ, ਗੁਜਰਾਤ ਵਿੱਚ ਮੈਂ ਗਿਆ ਅਤੇ ਉੱਥੇ ਮੈਨੂੰ ਰਿਲਾਇੰਸ ਦਾ ਪ੍ਰੋਜੈਕਟ ਬਣ ਰਿਹਾ ਸੀ ਉੱਥੇ ਜਾਣਾ, ਔਰ ਮੈਂ ਬੜਾ ਹੈਰਾਨ ਹੋਇਆ ਦੇਖ ਕੇ ਕਿ ਇੱਥੇ ਜਿਹੜੀ ਲੇਬਰ ਆ ਸਾਡੇ ਕੰਮ ਕਰਦੀ ਹੁੰਦੀ ਉਹਦੀ ਸਿਕਿਉਰਿਟੀ
वो निशाने ते है। इस करके उन्होंने हर नॉर्म जरा पूरा करना पैंता और उत्थे लेबर जी पूरी सिक्योर हेलमेट भी पहनना पैंता शूज ग्लव्स भी हर चीज़ जी प्रबंध हों जो कि साढ़े इतने लेबर अज तक जो दावेदार है मनुखता के सब तो व्डे पंजाबी असं कहने कि असी सब तो वह केयर करते हैं इतने असं लंगर भी लाने सब कुछ करते हैं पर जी लेबर है जी किरती है किरती की सामभ संभाल वास्ते ना तो इतने आवाज़ उस जोरदार ढंग उठी कदी तो ना ही वो ध्यान दिता गया। मैंने लगता कि मेरा पूरा कारपोरेट जरा निंदे जाना सर ये समझ के कि वह अमीर क्यों हो गया तो मैंने लगता उस तो भी थोड़ा थोड़ा सोचने की सू जरूरत है कि बिल्कुल बिल्कुल मैं कहना कि जो कंपीटिशन होएगा तो आपस के उदों लोगों को फायदा होएगा जो कंज्यूमर फायदा होएगा मानते हैं गल्लां ठीक है पर इस मामले के वो चीज़ इसलिए नहीं काम करती क्योंकि हौली हौली प्रधानमंत्री ने अज जिक्र किया ही है कि करीब जो 2 बीघे तक की जमीन का उन्होंने किसान का किया 5 बीघे तक की जमीन का उन्होंने जिक्र किया है जोड़ा वो किसान जोड़ा उन्होंने नहीं समझ आनी पॉलिसिया की ठीक है उन्हें तो अपना उस पुरानी समझ है कि आढ़ती तो किदा जोड़े पैसे फटने हैं पहले फट के कर लें उस तो बाद फसल बीजनी है जो फसल जो वढ़नी है वो पेमेंट मिलनी उस एडजस्ट हो जाना है ना उन्हें सिस्टम बनाया हुआ है तो वो कई बंद उन्होंने जिक्र किया जो लोन भी नहीं लिते जिन्हें छोटे है उन्होंने वह फायदा भी नहीं हो लोन माफ़ी का उन्होंने भी उन्होंने जिक्र किया है वो बंदे इस काबल नहीं है कि इदा पॉलिसिया लड़ पा उन्होंने जोड़ा उस टाइम एक बेबसी जी असी भी तो हम देखो महसूस करते हैं कि सानू जो कनैक्शन मिले है चाहे रिलायंस का असी लाया चाहे असी बी ओ का लाया एयरटैल का लाया है वा असी कई जगह बड़ा कमजोर महसूस करते हैं उन्होंने जो पॉलिसी उस हिसाब ना चार्ज करते हैं ठीक है उस तो बाद बिल जोड़ा साडा पैकेज है 250 रुपये का सपोज है महीने का तो बाद 500 रुपया बनया हुआ है वा ठीक है। एक चीज़ थोड़े को जाननी चाहते हैं कि जिमें आम अक्सर तौर पर यह दावा होंगे कि जिमें कानून बन गए कानून तो बहुत सारे देश बने हुए हैं कानून बन गए और कानून थोपण वाली तो कोई गल है नहीं कि यह तो है नहीं कि तुम एग्रीमेंट जाके करना ही पैना जो उस ढंग चलना तो सरकार कह रही है कि असी एक ऑप्शन खोली है नवी कि जो उत्थे तसली हैगी उत्थे जुड़िया रहे जी नहीं तसली हैगी होर थां ते हुण MSP की गल उठी सी सरकार कहती MSP जारी रहेगी असी इहदे लई भी तैयार हैं तो तुसी इनू की देखते हैं कि यह कानून का विरोध ही जरा सानू मतलब पूरे डट के करन दी जरूरत आ जाके सानू कोई ना कोई इहदे च गलबात करके विचकारला रस्ता भी देखो विचकारला रस्ता मैं समझदा वा कि थोड़ा जिहा किसानां नू थोड़ा जिहा पिछे हटना चाहीदा जी सोशल मीडिया ने उन्हां नू इन्ना क रिजिड कर दिता जे प्रधानमंत्री नू आपां देखिए ना कि रिजिड किया होया हैगा वा कि टस तो मस नहीं हो रहे हैगे वो 2 साल उन्होंने कहा कि 1.5 साल का 2 साल के सो प्रकाश का बयान है जो मंत्री का कि असी जी रिपीलमेंट नहीं कर सकते 2 साल पिछे पावे तो वोटा दे के हरा दीए उन्होंने आप भी तो कर सकते हैं कि जो इलेक्शन आने वोटा दे के हरा दीए उस तो बाद नवे वल देखिए सारी दुनिया को जागृत करिए असी इस टाइम सारा पंजाब हरियाणा हिमाचल UP राजस्थान जो देखा जाए वो BJP के अगेंस्ट वह मता बन चुका है काफ़ी हद तक उन्होंने नुकसान होने की संभावना है आप म्यूनसीपैलिटी चोणा है ठीक है वो आप देख ही लेना हाल की होया है तो जो मैनू नहीं लगता कि उन्होंने कोई पोजिशन अगे वर्गी आएगी तो मैं तो लगता कि चंगा रुलन गए वह इन्ह चोणों के इस करके इन्हों ये चीज़ सोचनी चाहिए थोड़ा जहा इन्हों भी पिछे हटना चाहिए उन्होंने भी पिछे हटना चाहिए कि थोड़ी गल मान लो इन्होंने 2-3 चीज़ा जी रुद्रा जी एक तो अभी MSP की गल आई थी दूजी वो कहते जमीन साड़ी चली जाएगी उन्होंने कहता बेसलैस है गल है ना MSP की गल सरकार ने मान ली है तो उस तो अलावा जिहड़ियां एजेंडे ते गल्लां नहीं सीगियां वो भी बच आईया ने ते वो भी सरकार ने कहता मान लिया ने ते जिवें तुसीं कहा 1.5 साल अगे सारिया गल्लां मान लिया ने ਤੁਹਾਨੂੰ ਨਹੀਂ ਲੱਗਦਾ ਕਿ ਆਲਮੋਸਟ ਜਿਹੜੇ ਤੌਖਲੇ ਸੀ ਕਿਸਾਨਾਂ ਦੇ ਮਨ 'ਚ ਜੋ ਸ਼ੁਰੂਆਤੀ ਸੀ ਉਹ ਤਾਂ ਹੱਲ ਹੋ ਹੀ ਚੁੱਕੇ ਆ ਜੇ ਉਹ ਅੱਜ ਵੀ ਸਮਝੌਤਾ ਕਰ ਲੈਣ ਤਾਂ ਮੈਂ ਸਮਝਦਾ ਕਿਸਾਨਾਂ ਦੇ ਵਰਗ ਦੀ ਬਹੁਤ ਵੱਡੀ ਜਿੱਤ ਹੈ। ਦੇਖੋ ਹਾਂ ਜਿੱਤ ਹੈਗੀ ਪਰ ਥੋੜ੍ਹਾ ਜਿਹਾ ਇਹਨਾਂ ਨੂੰ ਪਿੱਛੇ ਆਉਣਾ ਪੈਣਾ ਪਰ ਉਹੀ ਗੱਲ ਨਾ ਸੋਸ਼ਲ ਮੀਡੀਆ ਨੇ ਫੂਕ ਛਕਾ ਛਕਾ ਕੇ ਉਹਨਾਂ ਦਾ ਇਸ ਟਾਈਮ ਉਹਨਾਂ ਨੂੰ ਇੱਥੇ ਫਿਕਸ ਕਰਤਾ ਦਿਮਾਗ ਉਹਨਾਂ ਨੂੰ ਲੱਗਦਾ ਕਿ ਅਸੀਂ ਥੋੜ੍ਹਾ ਜਿਹਾ ਵੀ ਥੱਲੇ ਆਏ ਨਾ ਤਾਂ ਲੋਕਾਂ ਨੇ ਸਾਨੂੰ ਛੱਡਣਾ ਨਹੀਂ ਹੈਗਾ ਉੱਤੋਂ ਜਿਹੜੀਆਂ ਪਾਰਟੀਆਂ ਉਹਨਾਂ ਦੀ ਸਪੋਰਟ ਕਰ ਰਹੀਆਂ ਹੈਗੀਆਂ ਉਹਨਾਂ ਦਾ ਮਕਸਦ ਜਿਹੜਾ ਉਹ ਹੱਲ ਨਹੀਂ ਹੈਗਾ ਜੀ
ਉਹਨਾਂ ਪਾਰਟੀਆਂ ਦਾ ਮਕਸਦ ਵੀ ਇਹੀ ਹੈ ਇਹਨਾਂ ਨੂੰ ਅੱਗੇ ਤੋਰੀ ਰੱਖੋ ਠੀਕ ਹੈ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਅੰਦੋਲਨ ਕਰਾਉਣੇ ਆ ਅੰਦੋਲਨ ਕਰਾਉਣਗੇ ਇਹਨਾਂ ਤੋਂ ਟੁੱਟਣਗੇ ਠੀਕ ਹੈ ਇੱਕ ਤਰੀਕਾ ਹੈਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਵੀ ਇਹ ਨਹੀਂ ਲੱਗਦਾ ਕਿ ਬੀਜੇਪੀ ਜਿਹੜੀ ਹੈ ਉਹ ਕਿਤੇ ਥੱਲੇ ਆਏਗੀ ਮੈਜੋਰਟੀ ਫਿਰ ਜਿਹੜੀ ਹੈ ਉਹਨਾਂ ਦੀ ਲੋਕ ਸਭਾ 'ਚ ਬਣਦੀ ਲੱਗਦੀ ਹੈ ਕਿਉਂਕਿ ਕੋਈ ਓਪੋਜੀਸ਼ਨ ਹੈ ਹੀ ਨਹੀਂ ਹੈਗੀ ਠੀਕ ਹੈ ਤੁਸੀਂ ਸਟੇਟਾਂ ਦੇ ਵਿੱਚ ਤੁਹਾਡੀਆਂ ਓਪੋਜੀਸ਼ਨਾਂ ਹੈਗੀਆਂ ਠੀਕ ਹੈ ਇੱਥੇ ਕਾਂਗਰਸ ਹੈਗੀ ਹੈ ਹਿਮਾਚਲ 'ਚ ਕਾਂਗਰਸ ਹੈ ਰਾਜਸਥਾਨ 'ਚ ਹੈਗੀ ਹੈ ਨਾ ਯੂਪੀ ਦੇ ਵਿੱਚ ਹੋਰ ਪਾਰਟੀਆਂ ਬਿਹਾਰ ਦੇ ਵਿੱਚ ਹੋਰ ਪਾਰਟੀਆਂ ਹੈਗੀਆਂ ਨਾ ਠੀਕ ਹੈ ਹੁਣ ਇਹ ਪਾਰਟੀਆਂ ਜਿਹੜੀਆਂ ਅਲੱਗ ਅਲੱਗ ਜਗ੍ਹਾ ਸਮਝੌਤਾ ਕਰ ਸਕਦੀਆਂ ਇਹਨਾਂ ਨਾਲ ਠੀਕ ਹੈ ਜੁੜ ਸਕਦੀਆਂ ਜਾਂ ਆਪਸ 'ਚ ਜੁੜ ਸਕਦੀਆਂ ਹੈਗੀਆਂ ਇਹਨਾਂ ਨੂੰ ਢਾਹ ਸਕਦੀਆਂ ਪਰ ਇੱਕ ਜਦੋਂ ਲੋਕ ਸਭਾ ਦਾ ਇਲੈਕਸ਼ਨ ਹੈ ਉੱਥੇ ਜਦੋਂ ਸਾਹਮਣੇ ਇੱਕ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਨਜ਼ਰ ਨਹੀਂ ਆਏਗਾ ਤਾਂ ਲੋਕਾਂ ਨੂੰ ਆਪਸ਼ਨ ਬਹੁਤੀ ਬਚਦੀ ਨਹੀਂ ਹੈਗੀ ਹੈ ਅਤੇ ਹੁਣ ਆਪਾਂ ਗੱਲ ਆਈਏ ਕਿ ਜਿਹੜੀ ਆਹ ਰਿਪੀਲਮੈਂਟ ਦੀ ਜਿਹੜੀ ਇਹਨਾਂ ਤੁਸੀਂ ਗੱਲ ਕੀਤੀ ਅਤੇ ਮੈਂ ਇੱਕ ਗੱਲ ਕਹਿੰਦਾ ਜੇ ਤੁਹਾਨੂੰ ਲੱਗਦਾ ਪੰਜਾਬ ਹਰਿਆਣਾ ਹਿਮਾਚਲ ਉਹ ਨਹੀਂ ਰਾਜੀ ਹੈ ਤਾਂ ਤੁਸੀਂ ਉਹਨਾਂ ਲਈ ਆਪਸ਼ਨ ਛੱਡ ਦਿਓ ਪੰਜਾਬ ਸਰਕਾਰ ਤੇ ਉਹ ਕਾਨੂੰਨਾਂ ਨੂੰ ਕਿੱਦਾਂ ਨਹੀਂ ਮੰਨੇਗੀ ਜਿਹੜੇ ਕਾਨੂੰਨ ਪਾਸ ਹੋ ਚੁੱਕੇ ਆ ਠੀਕ ਹੈ ਲੋਕ ਸਭਾ 'ਚ ਪਾਸ ਰਾਜ ਸਭਾ 'ਚ ਪਾਸ ਰਾਸ਼ਟਰਪਤੀ ਨੇ ਸਾਈਨ ਕਰਤੇ ਕਾਨੂੰਨ ਬਣ ਚੁੱਕਾ ਹੈਗਾ ਵਾ ਉਹਨਾਂ ਨੂੰ ਇੱਕ ਸਟੇਟ ਕਿੱਦਾਂ ਨਹੀਂ ਮੰਨੇਗੀ ਮੈਨੂੰ ਦੱਸੋ ਸਟੇਟ ਉਹਦੇ ਹੱਥ 'ਚ ਆ ਕਾਂਗਰਸ ਦੇ ਜੇ ਕੱਲ੍ਹ ਨੂੰ ਸਬਸਿਡੀਆਂ ਲੈਣੀਆਂ ਲੋਨ ਲੈਣੇ ਹੈਗੇ ਆ ਕਿਸਾਨਾਂ ਲਈ ਮਦਦ ਲੈਣੀ ਹੈਗੀ ਆ ਉਹ ਕਿੱਥੋਂ ਲੈਣੀ ਹੈਗੀ ਆ ਠੀਕ ਹੈ ਉਹ ਇੱਥੋਂ ਹੀ ਲੈਣੀ ਹੈਗੀ ਵੈਸੇ ਜੀ ਹੋਰ ਬੜੀ ਵੱਡੀ ਸਮੱਸਿਆ ਆਉਂਦੀ ਹੈ ਧਿਆਨ 'ਚ ਆ ਗਿਆ ਜਿਵੇਂ ਆਪਾਂ FCA ਦੀ ਗੱਲ ਕਰਦੇ ਹਾਂ ਕਿਸਾਨਾਂ ਦੀ ਉਪਜ ਦੀ ਕਣਕ ਝੋਨੇ ਦੀ ਉਹੀ ਮੈਂ ਕਹਿ ਰਿਹਾ ਨਾ ਹੁਣ ਉਹਦੀ ਜਿਹੜੀ ਖਰੀਦ ਹੈ ਉਹ ਆਫਟਰ ਕਰਨੀ ਤਾਂ ਕਿੱਧਰਨੇ ਹੁੰਦੀ ਹੈ ਅਤੇ ਹੁਣ ਗੱਲ ਇਹ ਵੀ ਹੈ ਕਿ ਜੇ ਸਟੇਟ ਦਾ ਮੈਟਰ ਸੀ ਸਟੇਟ ਉੱਤੇ ਗੱਲ ਕਰਦੀ ਕਿਉਂਕਿ ਉਹਦੇ 'ਚ ਜ਼ਿਆਦਾ ਬੈਨੀਫਿਟ ਹੈ ਜਿਹੜੀ ਸਰਕਾਰ ਦਾ ਤਰਕ ਹੈ ਕੇਂਦਰ ਦਾ ਉਹ ਇਹ ਤਰਕ ਹੈ ਕਿ ਇਹਦੇ ਵਿੱਚੋਂ ਜਿਹੜਾ ਬਹੁਤ ਵੱਡਾ ਟੈਕਸ ਦਾ ਹਿੱਸਾ 8-10% ਕਹਿੰਦੇ ਸੀ ਸਟੇਟ ਗੌਰਮੈਂਟ ਲੈਂਦੀ ਖਰੀਦ ਕਰਾਉਣ ਦੇ ਵਿੱਚ ਹੀ ਵੀ ਅਸੀਂ ਤਾਂ ਕਹਿੰਦੇ ਵੀ ਉਸ ਚੀਜ਼ ਤੋਂ ਜਿਹੜਾ ਉਹ ਬਚਿਆ ਜਾਵੇ ਉਹ ਮਾਰਕੀਟਿੰਗ ਜਿਹੜੀ ਖੋਲ੍ਹੀ ਜਾਵੇ ਉਹਦੇ ਵਾਸਤੇ ਸਰਕਾਰ ਜਿਹੜੀ ਆ ਉਹ ਕੋਸ਼ਿਸ਼ ਆਪਣਾ ਦਾਅਵਾ ਕਰ ਰਹੀ ਹੈ ਕਿ ਅਸੀਂ ਉਸ ਪਾਸੇ ਕਰ ਰਹੇ ਹਾਂ ਅਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੇਂਦਰ ਸਰਕਾਰ ਸੱਚਮੁੱਚ ਕਿਸਾਨਾਂ ਦੇ ਖਿਲਾਫ਼ ਹੁੰਦੀ ਕੋਈ ਵੀ ਇਹ ਵੀ ਹੱਥ ਖਿੱਚ ਸਕਦਾ ਵੀ ਲਓ ਜੀ ਅਸੀਂ ਤਾਂ ਕਣਕ ਦੀ ਖਰੀਦ ਕਰਨੀ ਨਹੀਂ ਸਾਨੂੰ ਤਾਂ ਜਿੰਨੀ ਚਾਹੀਦੀ ਅਸੀਂ ਇੰਨੀ ਹੀ ਕਰਨੀ ਆ ਦੇਖੋ ਜੇ ਇੱਦਾਂ ਕਰਦੇ ਫਿਰ ਸਾਰੇ ਦੇਸ਼ 'ਚ ਇੱਕ ਵੱਡਾ ਅੰਦੋਲਨ ਇਸ ਤੋਂ ਵੀ ਵੱਡਾ ਖੜਾ ਹੋਣ ਦੀ ਚਾਂਸ ਸੀਗੇ ਪਹਿਲੀ ਗੱਲ ਤਾਂ ਪਰ ਇਹਦੀ ਇੱਕ ਤਾਂ ਜਾਂਦਾ ਨਾ ਮੈਸੇਜ ਵੀ ਸਰਕਾਰ ਦੀ ਮਨਸ਼ਾ ਜਿਵੇਂ ਅਸੀਂ ਪ੍ਰਚਾਰਿਆ ਜਾ ਰਿਹਾ ਇਸ ਵੇਲੇ ਵੀ ਸਿੱਖੀ ਨੂੰ ਨੁਕਸਾਨ ਕਰਨ ਦੀ ਜਾਂ ਪੰਜਾਬੀਆਂ ਨੂੰ ਨੁਕਸਾਨ ਕਰਨ ਦੀ ਜਾਂ ਕਿਸਾਨਾਂ ਨੂੰ ਨੁਕਸਾਨ ਕਰਨ ਦੀ ਮੈਨੂੰ ਲੱਗਦਾ ਇਹੋ ਜਿਹੀ ਮਨਸ਼ਾ ਤਾਂ ਨਹੀਂ ਲੱਗਦੀ ਕੋਈ ਨਹੀਂ ਇੱਦਾਂ ਦੀ ਮਨਸ਼ਾ ਕੋਈ ਨਹੀਂ ਹੈਗੀ ਹੈ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਜੀ ਠੀਕ ਹੈ ਕਿ ਜਿਹੜਾ ਉਹ ਕਿਉਂ ਸਿੱਖੀ ਨੂੰ ਕਿਹਦਾ ਨੁਕਸਾਨ ਪਹੁੰਚਾਉਂਦੀ ਉਹ ਸੋਚੂਗੀ ਇੱਕ ਗੱਲ ਸੋਚੋ ਉਹਨਾਂ ਦਾ ਟਾਰਗੇਟ ਪੰਜਾਬ ਇਸ ਟਾਈਮ ਸੀਗਾ ਜੇ ਆਪਾਂ ਕਰੋਨਾ ਤੋਂ ਪਹਿਲੇ ਦਾ ਦੇਖੀਏ ਬੀਜੇਪੀ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਮੰਨੀਆਂ ਸਿੱਖੀਆਂ ਹਸਤੀਆਂ ਜਿਹੜੀਆਂ ਇਹਨਾਂ ਦੀ ਮੀਟਿੰਗਾਂ ਚੱਲਦੀਆਂ ਸੀ ਉਹਨਾਂ ਨੂੰ ਆਪਣੇ ਨਾਲ ਜੋੜਨਾ ਸੀ ਉਹ ਸ਼ੁਰੂ ਪੰਜਾਬ ਨੂੰ ਜਿੱਤਣਾ ਚਾਹੁੰਦੇ ਜੋੜਨਾ ਚਾਹੁੰਦੇ ਸੀ ਮਨ ਜਿੱਤਣਾ ਚਾਹੁੰਦੇ ਸੀ ਤੇ ਉਹਦੇ ਤਹਿਤ ਉਹਨਾਂ ਨੇ ਇਹ ਜਿਹੜਾ ਲੈ ਕੇ ਆਂਦਾ ਲੇਕਿਨ ਜਿਵੇਂ ਅਕਸਰ ਮੈਂ ਕਹਿੰਦਾ ਹੁੰਦਾ ਜੀ ਕਿ ਰੌਲਾ ਤੇ ਜ਼ਮੀਨ ਦਾ ਆ ਪਰ ਹੋ ਸਕਦਾ ਕਿਸਾਨ ਦੀ ਜ਼ਮੀਨ ਨਾਲੋਂ ਜ਼ਿਆਦਾ ਸਿਆਸੀ ਜ਼ਮੀਨਦਾਰ ਰੌਲਾ ਹੋਵੇ ਤੁਸੀਂ ਕੀ ਮਹਿਸੂਸ ਕਰਦੇ ਦੇਖੋ ਦੋਨੋਂ ਜ਼ਮੀਨਾਂ ਦਾ ਰੌਲਾ ਹੈਗਾ ਵਾ ਠੀਕ ਹੈ ਕਿਸਾਨ ਲਈ ਜ਼ਮੀਨ ਦਾ ਹੈਗਾ ਵਾ ਉਹਨਾਂ ਲਈ ਸਿਆਸੀ ਜ਼ਮੀਨ ਦਾ ਹੈਗਾ ਉਹ ਸਿਆਸੀ ਜ਼ਮੀਨ ਦਾ ਰੌਲਾ ਸਭ ਨਾਲੋਂ ਜ਼ਿਆਦਾ ਹੈਗਾ ਕਾਂਗਰਸ ਲਈ ਜੀ ਜੀ ਠੀਕ ਹੈ ਉਸ ਤੋਂ ਬਾਅਦ ਹੈਗਾ ਵਾ ਕਮਿਊਨਿਸਟ ਪਾਰਟੀ ਜਿਹੜੀ ਕਿ ਪੰਜਾਬ 'ਚ ਬਹੁਤ ਵਧੀਆ ਬੇਸ ਸੀਗਾ ਹਰਕਿਸ਼ਨ ਸਿੰਘ ਸੁਰਜੀਤ ਦੇ ਹੁੰਦੇ ਜਿਹੜਾ ਪੰਜਾਬ 'ਚ ਉਹਨਾਂ ਦਾ ਚੱਲਦਾ ਸੀ ਹੈ ਨਾ ਕੁਛ ਜਗ੍ਹਾ 'ਤੇ ਉਹ ਹੁਸ਼ਿਆਰਪੁਰ ਜਲੰਧਰ ਉਹਨਾਂ ਦਾ ਬੇਸ ਕਿੰਨਾ ਵਧੀਆ ਸੀ ਪਠਾਨਕੋਟ ਸਾਈਡ 'ਤੇ ਬੇਸ ਸੀਗਾ ਉਹਨਾਂ ਦਾ ਅਤੇ ਮਾਨਸਾ ਸਾਈਡ 'ਤੇ ਬਹੁਤ ਬੇਸ ਸੀ ਦੱਸੋ ਹੁਣ ਅਕਾਲੀ ਦਲ ਦਾ ਦੇਖੋ ਅਕਾਲੀ ਦਲ ਹੱਥ ਪੈਰ ਮਾਰਦਾ ਪਿਆ ਉਹੀ ਜ਼ਮੀਨ ਜਿਹੜੀ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਨਹੀਂ ਸਮਝਦਾ ਕਿ ਜਿਹੜਾ ਸਿੱਖਾਂ ਦੀ ਬੇਸ ਵੋਟ ਉਹਦੇ ਹੱਥੋਂ ਖੁਸ਼ੀ ਹੈ ਉਹ ਕਿਤੇ ਵੀ ਆਏਗੀ ਜਿੰਨਾ ਮਰਜ਼ੀ ਹੱਥ ਮਾਰ ਹੁਣ ਤੱਕ ਜੋ ਉਸ ਕਿਸਾਨ ਸੰਘਰਸ਼ ਚੱਲਿਆ ਉਹ 'ਚ ਤੁਹਾਨੂੰ ਲੱਗਦਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਵਿਰੋਧੀ ਧਿਰ ਆਪਾਂ ਕਹਿ ਸਕਦੇ ਹਾਂ ਬੀਜੇਪੀ ਤੋਂ ਓਪੋਜਿਟ ਜਿਹੜੀਆਂ ਨੇ ਉਹਨਾਂ ਵਿੱਚੋਂ ਕਿਸੇ ਨੂੰ ਕੋਈ ਸਿਆਸੀ ਜ਼ਮੀਨ ਕੁਛ ਹੱਥ ਆਈ ਹੋਵੇ ਜਾਂ ਆਉਣ ਵਾਲੇ ਸਮੇਂ 'ਚ ਹੁਣ 22 ਨੂੰ ਕਿਵੇਂ ਦੇਖਦੇ ਆ ਤੁਸੀਂ ਇਹਨਾਂ ਘਟਨਾਵਾਂ ਦੇ ਬਦਲਣ ਸਿਰਫ ਆਮ ਆਦਮੀ ਪਾਰਟੀ ਨੂੰ ਇਹਦਾ ਸਿੱਧਾ ਫਾਇਦਾ ਹੋਣ ਵਾਲਾ ਹੈ ਜੀ ਠੀਕ ਹੈ ਕਿਉਂ ਉਹਨਾਂ ਨੇ ਆਪਣਾ ਸਟੈਂਡ ਬੜਾ ਵਧੀਆ ਰੱਖਿਆ ਹੁਣ ਕੇਜਰੀਵਾਲ ਨੇ ਉਹ ਕੰਮ ਤਾਂ ਰਿਹਾ ਨਹੀਂ ਕਿ ਗਾਹੇ ਬਗਾਹੇ ਬਿਆਨ ਦੇਈ ਗਏ ਹੈ ਨਾ ਉਸ ਤੋਂ ਬਾਅਦ ਉਹਨੂੰ ਡਿਫੈਂਡ ਕਰੀ ਗਏ ਹੈ ਉਹ ਓਪੋਜੀਸ਼ਨ ਚੱਲੀ ਗਏ ਟਾਈਮ ਵੇਸਟ ਕਰੀ ਗਏ ਹੈ ਨਾ ਉਹ ਕੰਮ ਨਹੀਂ ਰਿਹਾ ਹੈਗਾ ਅਤੇ ਉਹ ਬਿਆਨ ਬੜਾ ਸੋਚ ਸਮਝ ਕੇ ਦੇ ਰਿਹਾ ਅਤੇ ਆਮ ਆਦਮੀ ਪਾਰਟੀ ਪੰਜਾਬ 'ਚ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਪਈ ਹੈ ਹਜੇ ਤੱਕ ਜੀ ਜੀ ਅਤੇ ਕਿਸਾਨਾਂ ਦਾ ਅੰਦੋਲਨ ਦਾ ਸਭ ਨਾਲ ਜ਼ਿਆਦਾ ਫਾਇਦਾ ਜੇ ਕਿਸੇ ਨੂੰ ਹੋਣਾ ਆਮ ਆਦਮੀ ਪਾਰਟੀ ਨੂੰ ਹੋਣਾ ਹੈਗਾ ਓਕੇ ਠੀਕ ਹੈ ਇੱਕ ਚੀਜ਼ ਦੱਸੋ ਕੁਛ ਰਾਜਨੀਤਿਕ ਮਾਰਾਂ ਦਾ ਕਹਿਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ
ठीक है जिते आम आदमी पार्टी क्योंकि वह हाले तजर्बा नहीं साढ़े लोगों को होया जे कांग्रेस और अकाली दल तो टुटिया वोट बैंक है खास तौर पर एक किसानी आधारित दोनों पार्टियां ने जिहड़ी आम आदमी पार्टी आ वह किसानां दीआं जिहड़ियां वोटां अपने वालों खिंचदी नज़र आ रही है पर जिहड़े आम शहरी वर्ग के लोग ने जिहड़े आम लोग ने जिहड़े साडा दलित भाईचारा भी आ वह पर इन्हां पार्टियां ते मुड़ के विश्वास करन नूं तैयार नहीं तुहानूं लगता कि यह आम आदमी पार्टी और वर्सिज बीजेपी का कुछ इस तरह का बनता नज़र आता वर्सिज बीजेपी नहीं बनता हजे नज़र अच्छा, आ रहा वर्सिज कांग्रेस बनता नज़र आ रहा क्योंकि कांग्रेस जी पंजाब इस वक्त बहुत वड्डी पार्टी हैगी है ठीक है तो परसेंटेज ऑफ वोट्स बहुत अच्छा लैके गए है ठीक है आम आदमी पार्टी जी है क्योंकि सिख वोट किधर जाएगी आप ध्यान देखिए सिख वोट जी है अकाली दल तो रूसी है वो अकाली दल नहीं पैंती छेती अज तो मैं 8-10 साल बाद दी नहीं गल कर सकता है मैं पर इस बारी नहीं पैंती हैगी कांग्रेस के पहले अगेंस्ट बोलते हैं तो वह किधर जाएगी उन्होंने को अल्टरनेटिव है आम आदमी पार्टी जो आप देखिए आम आदमी पार्टी की पोजिशन बहुत वधिया बनी हुई है कितनी वड्डी पार्टी है पंजाब दे विच जे देखा जाए नंबर दो की पार्टी है तो बहुत वधिया वोट एक चीज़ रुद्रा जी तुहाडे कोल होर जानना चाहवां कि समा काफ़ी हो गया असीं गल्लबात एक सवाल तो बाद खत्म करांगे अच्छा यह जानना चाहते हैं कि जिवें कि रुझान पिछे जो पैदा होया सी कि जे बीजेपी का कोई कैंडीडेट खड़ा होया तो उन्होंने भी सोशल मीडिया के उत्ते इस तरह प्रचार किया जाता है भाई इन सबक सिखा दिओ जी इन अंदर पाड़ दिओ जी तुहानूं की लगता कि लोक राज दे विच किसी पार्टी नूं इस तरह अछूत करार दे के उहदे खिलाफ़ प्रचार करना जिहड़ा ओ किन्ना क मतलब जिहड़ा ओह जायज़ रहेगा उहनूं किस नज़रिए नाल तुसीं देखदे देखो मैं समझदा कि तुसीं गल करदे हो जिहड़ा कल जलंधर दे पिंड दे विच उहनां ने परसों बैनर ला दिते बीजेपी आर एस एस वाले वड़ना मना हैगा वह ਤੁਸੀਂ ਉਹਦੀ ਗੱਲ ਕਰਦੇ ਲੱਗਦੇ ਹੋਰ ਵੀ ਜਗ੍ਹਾ ਤੇ ਹੋਰ ਵੀ ਕੁਝ ਕੈਂਡੀਡੇਟ ਸੋਸ਼ਲ ਮੀਡੀਆ ਤੇ ਆ ਰਹੇ ਜੀ ਇਹ ਚੀਜ਼ ਮੈਂ ਗਲਤ ਸਮਝਦਾ ਉਹਦਾ ਕਾਰਨ ਹੈ ਕਿ ਅਸੀਂ ਸਮਝਦੇ ਹਾਂ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰਦੀ ਉਹਦੇ ਹੱਥ 'ਚ ਤਾਕਤ ਹੈਗੀ ਆ ਤੇ ਅਸੀਂ ਵੀ ਉਹੀ ਕਰਦੇ ਪਏ ਜੀ ਠੀਕ ਹੈ ਅਸੀਂ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਪਏ ਹਾਂ ਸਾਡੀ ਤਾਕਤ ਹੈਗੀ ਹੈ ਕਿ ਅਸੀਂ ਪਿੰਡ ਦੇ ਵਿੱਚ ਉਹਨਾਂ ਨੂੰ ਵੰਡਣਾ ਬੰਦ ਕਰ ਸਕਦੇ ਹਾਂ ਤੇ ਅਸੀਂ ਉਹਦਾ ਇਸਤੇਮਾਲ ਕਰ ਸਕਦੇ ਹਾਂ ਠੀਕ ਹੈ ਆਪਾਂ ਕਰਦੇ ਪਏ ਹੈਗੇ ਹਾਂ ਤੇ ਜੇ ਅਸੀਂ ਉਹਨਾਂ ਨੂੰ ਗਲਤ ਕਹਿ ਰਹੇ ਹਾਂ ਤਾਂ ਅਸੀਂ ਵੀ ਤਾਂ ਗਲਤ ਹਾਂ ਕਿਤੇ ਕਿਸੇ ਦਾ ਭਾਰਤ ਦੇਸ਼ ਹੈ ਹਰੇਕ ਦਾ ਦੇਸ਼ ਹੈ ਠੀਕ ਹੈ ਸਾਰੇ ਧਰਮਾਂ ਦਾ ਸਾਰੇ ਵਰਗਾਂ ਦਾ ਠੀਕ ਹੈ ਅਤੇ ਉਹਨਾਂ ਦਾ ਦੇਸ਼ ਹੈ ਚਾਹੇ ਉਹ ਬੀਬੀਆਂ ਨੇ ਚਾਹੇ ਬੰਦੇ ਨੇ ਸਭ ਦਾ ਦੇਸ਼ ਹੈ ਕਿਸੇ ਨੂੰ ਆਪਾਂ ਕਿੱਥੇ ਵੜਨਾ ਮਨਾ ਨਹੀਂ ਕਰ ਸਕਦੇ ਕਿ ਆਪਾਂ ਕਹੀਏ ਨੇਪਾਲੀ ਬੰਦਾ ਇੱਥੇ ਕਿਉਂ ਆ ਗਿਆ ਕਸ਼ਮੀਰੀ ਬੰਦਾ ਇੱਥੇ ਕਿਉਂ ਆ ਗਿਆ ਅਸੀਂ ਕਸ਼ਮੀਰ ਕਿਉਂ ਨਹੀਂ ਜਾ ਸਕਦੇ ਹੈ ਨਾ ਅਤੇ ਇਹ ਗੱਲ ਗਲਤ ਹੈਗੀ ਹੈ ਹਰੇਕ ਦਾ ਹੱਕ ਹੈ ਕਿਤੇ ਵੀ ਜਾਣਾ ਕੋਈ ਸੜਕ ਕਿਸੇ ਦੀ ਵੀ ਨਹੀਂ ਹੈਗੀ ਮਤਲਬ ਕਹਿਣ ਦਾ ਲੱਗਦਾ ਕਿ ਲਵੋ ਲਵਾਬ ਇਸ ਗੱਲਬਾਤ ਇਹ ਨਿਕਲਦਾ ਕਿ ਸਾਨੂੰ ਦੋਨਾਂ ਧਿਰਾਂ ਚਾਹੇ ਕਿਸਾਨਾਂ ਦੇ ਅਸੀਂ ਸਪੋਰਟ ਦੇ ਵਿੱਚ ਹਾਂ ਚਾਹੇ ਅਸੀਂ ਸਰਕਾਰ ਦੇ ਕਾਨੂੰਨਾਂ ਦੇ ਸਪੋਰਟ ਵਿੱਚ ਕੋਈ ਹੋਈਏ ਸਾਨੂੰ ਇਹ ਚੀਜ਼ ਵੱਲ ਜਿਹੜਾ ਹਮੇਸ਼ਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਕੋਈ ਵੀ ਆਪਣੀ ਤਾਕਤ ਦੀ ਦੁਰਵਰਤੋਂ ਜਿਹੜੀ ਕਰਨ ਵਾਲਾ ਚਾਹੀਏ ਸਰਕਾਰ 'ਤੇ ਇਕੱਲਾ ਇਲਜ਼ਾਮ ਦੇ ਕੇ ਜਾਂ ਕਿਸਾਨ ਵਰਗ 'ਤੇ ਇਕੱਲਾ ਇਲਜ਼ਾਮ ਦੇ ਕੇ ਨਹੀਂ ਸਾਡਾ ਦੋਨਾਂ ਧਿਰਾਂ ਨੂੰ ਖੁੱਲ੍ਹੇ ਮਨ ਦੇ ਨਾਲ ਵਿਚਾਰ ਕਰਨਾ ਪਏਗਾ ਬਿਲਕੁਲ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੀ ਰਾਏ ਜਿਹੜੀ ਹੈ ਉਹਨੂੰ ਮੁੱਖ ਰੱਖਣਾ ਪਏਗਾ ਅਤੇ ਤਾਂ ਹੀ ਇਹ ਜਿਹੜੇ ਸੰਬੋਧਨ ਕੀਤੇ ਨੇ ਨਰਿੰਦਰ ਮੋਦੀ ਜੀ ਹੋਣੀ ਰਾਜ ਸਭਾ ਦੇ ਵਿੱਚ ਜਿਹੜੇ ਚਰਚਾ ਦੇ ਵਿੱਚ ਨੇ ਆਹ ਦਬਾਅ ਜਿਹੜਾ ਤੁਸੀਂ ਪਾਓ ਬੜੇ ਤਰੀਕੇ ਨੇ ਜੀ ਠੀਕ ਹੈ ਬੜੇ ਦਬਾਅ ਪਾਉਣ ਦੇ ਤਰੀਕੇ ਨੇ ਤੁਸੀਂ ਉਹਨਾਂ ਦੇ ਉਹਨਾਂ ਨੂੰ ਅੰਦਰ ਵੜਨਾ ਨਾ ਰੋਕੋ ਪਰ ਤੁਸੀਂ ਉਹਨਾਂ ਸਾਹਮਣੇ ਨਾਅਰੇਬਾਜ਼ੀ ਤਾਂ ਕਰ ਹੀ ਸਕਦੇ ਹੈਗੇ ਨਾ ਠੀਕ ਹੈ ਅਗਲਿਆਂ ਨੂੰ ਪਤਾ ਲੱਗੇ ਕਿ ਸਾਡੇ 1000 ਬੰਦਾ ਆ ਕੇ ਨਾਅਰੇਬਾਜ਼ੀ ਕਰਦਾ ਪਿਆ ਸਾਡੇ 300 ਬੰਦਾ ਫੰਕਸ਼ਨ 'ਚ ਹੈ ਠੀਕ ਹੈ ਉਹਨਾਂ ਨੂੰ ਚਾਨਣਾ ਦਾ ਹੋਵੇ ਨਾ ਹਰ ਜਗ੍ਹਾ ਉਹਨਾਂ ਦੇ ਖਿਲਾਫ਼ ਜਿਹੜੀ ਨਾਅਰੇਬਾਜ਼ੀ ਹੋਵੇ ਕਿ ਪਤਾ ਲੱਗੇ ਬਾਹਰ ਦਾ 1000 ਦਾ ਸ਼ੋਰ ਤੁਹਾਡੇ 100 ਦੇ ਲਾਊਡ ਸਪੀਕਰ ਦੇ ਸ਼ੋਰ ਨਾਲੋਂ ਵੱਧ ਹੈਗਾ ਠੀਕ ਹੈ ਫਿਰ ਆਪੇ ਹੀ ਚਾਨਣਾ ਦੀ ਵਰਤੋਂ ਕੀਤੀ ਜਾ ਸਕਦੀ ਫਿਰ ਆਪਣੇ ਆਪ ਜਿਹੜਾ ਚਾਨਣਾ ਹੋ ਜਾਊਗਾ ਉਹ ਲੀਡਰ ਜਿਹੜੇ ਦੱਸਣਗੇ ਪੰਜਾਬ ਦੇ ਲੀਡਰ ਕਿ ਭਰਾਵਾ ਇੱਥੇ ਆਹ ਹਾਲ ਹੈਗਾ ਵਾ ਉਹ ਤਾਂ ਬੰਦਾ ਇਕੱਠਾ ਹੋ ਜਾਂਦਾ 1000-1500 ਬਿਲਕੁਲ ਜੀ ਸੁਨੀਲ ਰੋਦਰਾ ਜੀ ਨਾਲ ਸਾਡੀ ਇਹ ਗੱਲਬਾਤ ਕਿਹੋ ਜਿਹੀ ਲੱਗੀ ਉਮੀਦ ਹੈ ਕਿ ਤੁਸੀਂ ਕਮੈਂਟ ਕਰਕੇ ਲਾਈਕ ਦੇ ਕੇ ਇਸ ਗੱਲ ਨੂੰ ਸਾਡੇ ਨੂੰ ਵੱਧ ਤੋਂ ਵੱਧ ਵਾਇਰਲ ਕਰਕੇ ਗੱਲਬਾਤ ਨੂੰ ਉਹ ਜ਼ਰੂਰ ਇਸਦਾ ਪ੍ਰਮਾਣ ਦਿਓਗੇ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਦਰਾ ਜੀ ਤੁਸੀਂ ਸਟੂਡੀਓ 'ਚ ਆਏ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਉਮੀਦ ਹੈ ਕਿ ਫਿਰ ਵੀ ਸਾਡੀ ਇਸ ਟੀਮ ਦੇ ਵਿੱਚ ਤੁਸੀਂ ਆ ਕੇ ਆਪਣੇ ਕੀਮਤੀ ਵਿਚਾਰ ਦਿੰਦੇ ਰਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜ਼ਰੂਰ ਜੀ ਧੰਨਵਾਦ ਸਾਨੂੰ ਸਭ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋਨੀਹਾ